ਪਰ ਇੱਕ ਪਾਸੇ ਵਿਗਿਆਨ ਜਿੱਥੇ ਤਰੱਕੀ ਕਰ ਰਿਹਾ ਉੱਥੇ ਨਾਲ ਦੀ ਨਾਲ ਅੰਧਵਿਸ਼ਵਾਸ ਅਫਵਾਹਾਂ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸਾਰੀਆਂ ਫੈਲ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਪੁਨਰ ਜਨਮ ਦੇ ਸੰਬੰਧ ਵਿੱਚ ਕਹਾਣੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਦੇਖੋ ਪੁਨਰ ਜਨਮ ਦੇ ਸੰਬੰਧ ਵਿੱਚ ਤਰਕਸ਼ੀਲ ਸੁਸਾਇਟੀ ਇਹ ਸਮਝਦੀ ਹੈ ਵੀ ਅਜੇ ਤੱਕ ਇਹਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਮਿਲਿਆ ਹੈ ਜਿਦੇ ਚ ਇਹ ਲੱਗੇ ਕਿ ਇੱਕ ਵਿਅਕਤੀ ਇੱਥੇ ਮਰ ਗਿਆ ਤੇ ਉਹ ਉਸਨੇ ਫੇਰ ਕਿਤੇ ਹੋਰ ਜਨਮ ਲੈ ਲਿਆ ਤੋ ਜਿਹੜਿਆ ਵੱਧ ਕੰਮ ਹੋਇਆ ਉਹ ਅਮਰੀਕਾ ਦੀ ਵਰਜੀਨੀਆ ਯੂਨੀਵਰਸਿਟੀ ਨੇ ਕੀਤਾ ਜਿਹਦਾ ਜਣੀ ਸਭ ਤੋਂ ਵੱਧ ਡਾਟਾ ਮਿਲਦਾ ਕਿ ਉਹਨਾਂ ਨੇ ਲਗਭਗ 25000 ਕਿਸਾਂ ਨੂੰ ਸਟੱਡੀ ਕੀਤੀ ਲਗਭਗ 2.5 ਸਾਲ ਤੋਂ ਲੈ ਕੇ 7-8 ਸਾਲ ਦੀ ਉਮਰ ਤੱਕ ਬੱਚਾ ਕਿਸੇ ਵੇਲੇ ਇਹੋ ਜਿਹੀਆਂ ਗੱਲਾਂ ਕਹਿੰਦਾ ਦੂਜੀ ਗੱਲ ਜਿਹੜੀ ਵਰਲਡਵਾਈਡ ਜਿਹੜੀ ਇਹਦੇ ਤੇ ਹੁਣ ਤੱਕ ਖੋਜ ਹੋਈ ਆ ਸੰਸਾਰ ਪੁੱਤਰ ਦੀ ਖੋਜ ਹੋਈ ਆ ਉਹਦੇ ਚ ਉਹਨਾਂ ਦਾ ਇਹ ਕਹਿਣਾ ਹੈ ਕਿ ਦੋ ਤਿੰਨ ਹਾਲਤਾਂ ਨੇ ਬੱਚੇ ਦੀ ਇੱਕ ਮਾਨਸਿਕ ਅਵਸਥਾ ਹੈ ਜਿੱਥੇ ਜਾ ਕੇ ਬੱਚਾ ਅਜਿਹੀਆਂ ਗੱਲਾਂ ਕਰਦਾ ਜਿਹੜਾ ਡਾਟਾ ਇਕੱਠਾ ਹੋਇਆ ਉਹਨਾਂ ਨੇ ਇਹ ਕੱਢਿਆ ਕਿ ਇਹਨਾਂ ਬੱਚਿਆਂ 'ਚੋਂ ਅੱਗੇ ਜਾ ਕੇ ਬੱਚਿਆਂ ਦੇ ਕਿਸੇ ਨਾ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋਣ ਦੀਆਂ ਸੰਭਾਵਨਾਵਾਂ ਆਮ ਬੱਚਿਆਂ ਨਾਲੋਂ ਵੱਧ ਹੁੰਦੀਆਂ ਨੇ ਲੈ ਤੁਸੀਂ 37 ਸਾਲਾਂ ਤੋਂ ਕੰਮ ਕਰ ਰਹੇ ਹੋ ਜੀ ਪੰਜਾਬ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਬਹੁਤ ਸਾਰੀਆਂ ਰਿਪੋਰਟ ਹੋਈਆਂ ਨੇ ਗੀਤਾਰਕਸ਼ੀਲ ਸੋਸਾਇਟੀ ਦੇ ਪੱਧਰ ਦੇ ਉੱਪਰ ਤੁਸੀਂ ਜਿਹੜੀ ਪੜਤਾਲ ਕੀਤੀ ਆ ਉਹ ਕੀ ਕਹਿੰਦੀ ਆ ਵਾਲੇ ਕੇਸਾਂ ਜਿੱਥੇ ਬੱਚੇ ਦੱਸਦੇ ਸੀ ਇਸ ਤਰ੍ਹਾਂ ਦਾ ਸੀਗਾ ਉੱਥੇ ਸਾਡੀਆਂ ਟੀਮਾਂ ਗਈਆਂ ਉਹਨਾਂ ਦੀ ਬਕਾਇਦਾ ਇੱਕ ਪੂਰੀ ਬੁੱਕਸ਼ੈਪੀ ਵੀ ਆ ਜਿਹੜੀ ਅੱਜ ਤੋਂ 10 12 15 ਸਾਲ ਪਹਿਲਾਂ ਛਾਪੀ ਸੀ ਜਿਹੜੇ ਉਹ ਤੋਂ ਪਹਿਲਾਂ ਕੇਸ ਆਏ ਸੀ ਕੋਈ ਕਿਸੇ ਵੀ ਬੱਚੇ ਨੇ ਅੱਜ ਤੱਕ ਆਪ ਦੇ ਆਪ ਪਹਿਲਾਂ ਆਪਦਾ ਪਿਛਲਾ ਜਨਮ ਦਾ ਨਾਮ ਨਹੀਂ ਦੱਸਿਆ ਅੱਜ ਤੱਕ ਉਹਨੇ ਕਦੇ ਵੀ ਆਪਣੇ ਮਾਪੇ ਦਾ ਭੈਣਾ ਭਰਾਵਾਂ ਦਾ ਨਾਮ ਨਹੀਂ ਦੱਸਿਆ ਜਣੀ ਹੁਣ ਤੱਕ ਜੇ ਸੋਸਾਇਟੀ ਨੇ 50 ਕੇਸ ਸੋਲਵ ਕੀਤੇ ਆ ਤਾਂ ਉਹਦੇ ਚੋਂ 48 ਕੇਸ ਉਹ ਸੀ ਕਿ ਪਿਛਲੇ ਜਨਮ ਵਾਲਾ ਪਰਿਵਾਰ ਅਮੀਰ ਸੀ ਜਣੀ ਇਹਦੇ ਚ ਇੱਕ ਗੱਲ ਹੋਰ ਵੀ ਹੈ ਕਿ ਜਦੋਂ ਬੱਚਾ ਪੁਨਰਜਨਮ ਦੀਆਂ ਗੱਲਾਂ ਕਰਦਾ ਕਿਉਂ ਰੈਕਟਿਵ ਹੋਇਆ ਹੁੰਦਾ ਉਹ ਡੀ ਅਟੈਚਡ ਹੋਇਆ ਹੁੰਦਾ ਜੇ ਉਹਨੂੰ ਕੋਈ ਰੋਕੂਗਾ ਉਹ ਜਿਦ ਕਰਦਾ ਤੇ ਸਾਰੇ ਨੂੰ ਐ ਲੱਗਦਾ ਵੀ ਯਾਰ ਆਪਾਂ ਜਦੋਂ ਇੰਨੀ ਜਦ ਕਰੀ ਜਾਂਦਾ ਫਿਰ ਆਪਾਂ ਇਹਨੂੰ ਉੱਥੇ ਲੈ ਜਾਉ ਖਾਂ ਆਪਾਂ ਇਹਦੀ ਪੜਤਾਲ ਕਰੋ ਖਾਂ ਇਹ ਵੀ ਪਾਇਆ ਗਿਆ ਕਿ ਜਦੋਂ ਅਸੀਂ ਹੋਣ ਵਾਲੇ ਬੱਚੇ ਦਾ ਬਰਥ ਸਰਟੀਫਿਕੇਟ ਜਨਮ ਪੱਤਰੀ ਉਹ ਲਈ ਤੇ ਮਰਨ ਵਾਲੇ ਦਾ ਡੈਥ ਸਰਟੀਫਿਕੇਟ ਮੌਤ ਦਾ ਸਰਟੀਫਿਕੇਟ ਲਿਆ ਤਾਂ ਇਸ ਗੱਲ ਦੇ ਵੀ ਸਬੂਤ ਮਿਲੇ ਕਿ ਮਰਨ ਵਾਲਾ ਹਜੇ ਮਰਿਆ ਨਹੀਂ ਸੀ ਇਹ ਬੱਚੇ ਦਾ ਜਨਮ ਉਹ ਤੋਂ ਮਹੀਨਾ 2 ਮਹੀਨੇ 4 ਮਹੀਨੇ ਪਹਿਲਾਂ ਦਾ ਹੋਇਆ ਹੋਇਆ ਤੇ ਤਰਕਸ਼ੀਲ ਸੁਸਾਇਟੀ ਇਸ ਨੂੰ ਲੈ ਕੇ ਚੈਲੰਜ ਵੀ ਕਰਦੀ ਆ ਜੀ ਵੀ ਜੇਕਰ ਕੋਈ ਇਸ ਨੂੰ ਸਿੱਧ ਕਰ ਦੇਵੇ ਤਾਂ ਅਸੀਂ 5 ਲੱਖ ਦਾ ਇਨਾਮ ਦੇਵਾਂਗੇ ਜੀ ਉਹ ਇਨਾਮ ਦੀ ਗੱਲਬਾਤ ਕੀ ਆ ਕਿ ਕਿਸ ਨੂੰ ਐਂ ਭੁਲੇਖਾ ਪੈ ਸਕਦਾ ਵੀ ਇਹ ਤਾਂ ਵੀ ਕਹਿੰਦੇ ਪਹਿਲਾਂ 10000 ਦਿਓ ਅਸੀਂ 10000 ਨਹੀਂ ਮੰਗਦੇ ਕਿਸੇ ਤੋਂ ਇਹ ਉਹ ਤੋਂ ਮੰਗਦੇ ਆ ਜੇ ਕੋਈ 5 ਲੱਖ ਜਿੱਤ ਨਾ ਜਾਂਦਾ ਇਹ ਉਹਦੇ ਲਈ ਰਜਿੰਦਰ ਜੀ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੰਜ ਗਰਾਈਆਂ ਦੀ ਲੜਕੀ ਦੀ ਕਹਾਣੀ ਚੱਲ ਰਹੀ ਆ ਬੜੀ ਧੂਮਾਂ ਚੱਲ ਰਹੀਆਂ ਨੇ ਹਜ਼ਾਰਾਂ ਵਿਊਜ਼ ਆ ਰਹੇ ਨੇ ਉਹਦੇ ਉੱਪਰ ਤੇ ਲੋਕ ਪੁੱਛ ਵੀ ਰਹੇ ਨੇ ਤੇ ਉਹ ਕਹਿੰਦੀ ਵੀ ਮੈਂ ਮੇਰਾ ਜਨਮ ਮੇਰਾ ਪੁਨਰ ਜਨਮ ਹੋਇਆ ਉਹਦੇ ਵਿੱਚ ਤਰਕਸ਼ੀਲਾਂ ਦਾ ਨਾਮ ਵੀ ਲਿਆ ਜਾ ਰਿਹਾ ਜੀ ਕਿ ਤਰਕਸ਼ੀਲ ਇੱਕ ਤਰੀਕੇ ਨਾਲ ਤਰਕਸ਼ੀਲਾਂ ਨੂੰ ਕਿਹਾ ਜਾ ਰਿਹਾ ਅਸੀਂ ਚੈਲੰਜ ਕਰਦੇ ਹਾਂ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਦੇਖੋ ਜੀ ਥੋ ਤੱਕ ਪੰਜ ਗਿਰਾਈਆਂ ਵਾਲੇ ਕੇਸ ਦੀ ਗੱਲ ਹੈ ਇਹ ਕੇਸ 11 ਸਾਲ 10 11 ਸਾਲ ਪੁਰਾਣਾ ਹੈ ਬਹੁਤ ਵਧੀਆ ਹੁੰਦਾ ਇਹ ਜੇ ਕਿਤੇ ਇਹ ਗੱਲ ਉਦੋਂ ਹੀ ਤਰਕਸ਼ੀ ਸੋਸਾਇਟੀ ਕੋਲੇ ਆ ਜਾਵੇ ਹੁਣ ਵੀ ਤਰਕਸ਼ੀ ਸੋਸਾਇਟੀ ਹੈ ਅਗਰ ਪਰਿਵਾਰ ਵਾਲੇ ਸਹਿਯੋਗ ਦੇਣਗੇ ਤੇ ਉਹਦੀ ਪੜਤਾਲ ਕਰਨ ਨੂੰ ਤਿਆਰ ਹੈ ਕਹਾਣੀਆਂ ਇਦਾਂ ਦੀਆਂ ਚੱਲਦੀਆਂ ਨੇ ਅਫਵਾਹਾਂ ਬਹੁਤ ਸਾਰੀਆਂ ਫੈਲਦੀਆਂ ਨੇ ਤੇ ਅਲੱਗ-ਅਲੱਗ ਸਟੋਰੀਆਂ ਤੇ ਲੋਕਾਂ ਦੇ ਵਿੱਚ ਕਿਉਂਕਿ ਦਿਮਾਗਾਂ ਦੇ ਵਿੱਚ ਇਹ ਚੀਜ਼ਾਂ ਪਹਿਲੀਆਂ ਪਹਿਲਾਂ ਪਈਆਂ ਨੇ ਉਹ ਹੋਰ ਪਰ ਉਹ ਹੋ ਜਾਂਦੀਆਂ ਨੇ ਤੇ ਇਹਦੇ ਵਿੱਚ ਮੀਡੀਆ ਜਿਹੜਾ ਖਾਸ ਕਰਕੇ ਸੋਸ਼ਲ ਮੀਡੀਆ ਉਹਦਾ ਵੀ ਕਾਫੀ ਵੱਡਾ ਰੋਲ ਬੰਦਾ ਖੋਜ ਪੜਤਾਲ ਦਾ ਕੰਮ ਕਰੋ ਖੋਜੀ ਪੱਤਰਕਾਰੀ ਦਾ ਕੰਮ ਕਰੋ ਤੇ ਨਾਲ ਬਰਾਬਰ ਪੰਜਾਬ ਦੇ ਅੰਦਰ ਤਰਕਸ਼ੀ ਸਿਟੀ ਦੇ 80 ਜੁਨਟ ਹੈ ਜ਼ਿਲ੍ਹੇ ਤਾਂ 23 ਹੈ ਹਰੇਕ ਤਹਿਸੀਲ 'ਚ ਸਾਡਾ ਜੁਨਟ ਲੱਭ ਜੂਗਾ ਤਾਲਮੇਲ ਕਰੋ ਕਿ ਕੋਈ ਵੀ ਖਬਰ ਜਿਹੜੀ ਕੰਪਲੀਟ ਉਦੋਂ ਬਣਦੀ ਆ ਜਦੋਂ ਉਹਦੇ ਦੋਹੇ ਪੱਖ ਦਿਖਾਏ ਜਾਂਦੇ ਆ ਕਿਉਂਕਿ ਅਦਰਵਾਇਜ਼ ਤਾਂ ਉਹ ਇੱਕ ਚੀਜ਼ ਦਾ ਪ੍ਰਚਾਰ ਬਣ ਜਾਂਦਾ ਤੁਸੀਂ ਸੋਸਾਇਟੀ ਦਾ ਤਾਂ ਇਸ ਗੱਲ ਤੇ ਪੂਰਾ ਆਲਟਰਨੇਟਿਵ ਹੈ ਕਿ ਕਿਸੇ ਘਰੇ ਕਿਸੇ ਨੂੰ ਕੌਣ ਆਉਂਦੀ ਆ ਕੋਈ ਸਿਰ ਘੁੱਕਦਾ ਦੰਦਲਾ ਦੌਰੇ ਪੈਂਦੇ ਆ ਖੂਨ ਦੇ ਛਿੱਟੇ ਆਉਂਦੇ ਆ ਅੱਗ ਲੱਗਦੀ ਆ ਇੱਟਾਂ ਕੁਝ ਵੀ ਹੁੰਦਾ ਜਿਹਨੂੰ ਸਾਡਾ ਸਮਾਜ ਭੂਤਾਂ ਪ੍ਰੇਤਾਂ ਨਾਲ ਜੋੜ ਦਿੰਦਾ ਤਰਕਸ਼ੀਲ ਸੁਸਾਇਟੀ ਤਾਂ ਵਿਗਿਆਨਕ ਚੇਤਨਾ ਰਾਹੀਂ ਇਹਨਾਂ ਗੱਲਾਂ ਦਾ 100% ਇਲਾਜ ਕਰਦੀ ਹੈ ਹਾਂਜੀ ਦੋਸਤੋ ਅੱਜ ਅਸੀਂ ਵਿਗਿਆਨਕ ਯੁੱਗ ਦੇ ਵਿੱਚ ਜੀ ਰਹੇ ਹਾਂ ਵਿੱਚ ਅਸੀਂ ਬਹੁਤ ਸਾਰੀਆਂ ਵਿਗਿਆਨ ਦੀਆਂ ਜਿਹੜੀਆਂ ਦਾਤਾਂ ਹੈਗੀਆਂ ਨੇ ਉਹਦੀਆਂ ਕਾਢਾਂ ਹੈਗੀਆਂ ਨੇ ਉਹਨਾਂ ਦਾ ਅਨੰਦ ਮਾਣ ਰਹੇ ਹਾਂ ਵਿਗਿਆਨ ਦੇ ਕਰਕੇ ਅੱਜ ਅਸੀਂ ਬਿਨਾ ਫੋਨ ਦੇ ਬਿਨਾ ਤਾਰ ਦੇ ਬਹੁਤ ਲੰਬੀ ਦੂਰੀ ਤੇ ਗੱਲ ਕਰ ਸਕਦੇ ਹਾਂ ਘੰਟਿਆਂ ਦਾ ਸਫ਼ਰ ਮਿੰਟਾਂ 'ਚ ਤੇ ਮਿੰਟਾਂ ਦਾ ਜਿਹੜਾ ਕੰਮ ਹੈਗਾ ਉਹ ਸਕਿੰਟਾਂ ਦੇ ਵਿੱਚ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਵਿਗਿਆਨ ਨੇ ਸਾਡੀ ਜ਼ਿੰਦਗੀ ਬਹੁਤ ਸਾਰੀ ਸੁਖਾਲੀ ਕਰ ਦਿੱਤੀ ਆ ਪਰ ਇੱਕ ਪਾਸੇ ਵਿਗਿਆਨ ਜਿੱਥੇ ਤਰੱਕੀ ਕਰ ਰਿਹਾ ਉੱਥੇ ਨਾਲ ਦੀ ਨਾਲ ਾਂਦੇ ਵਿਸ਼ਵਾਸ ਅਫਵਾਹਾਂ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸਾਰੀਆਂ ਫੈਲ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਪੁਨਰ ਜਨਮ ਦੇ ਸੰਬੰਧ ਦੇ ਵਿੱਚ ਕਹਾਣੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਇਸ ਵਿਸ਼ੇ ਦੇ ਉੱਪਰ ਕਾਫੀ ਸਾਰੀ ਵਾਰਤਾਲ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਹੋ ਰਹੀਆਂ ਨੇ ਸਾਡੇ ਨਾਲ ਹਾਜ਼ਰ ਨੇ ਸਟੇਟ ਕਮੇਟੀ ਤਰਕਸ਼ੀਲ ਸੁਸਾਇਟੀ ਤੋਂ ਰਜਿੰਦਰ ਭੜੌੜ ਜੀ ਇਹਨਾਂ ਤੋਂ ਅਸੀਂ ਸਵਾਲ ਕਰਾਂਗੇ ਸਾਥੀ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਪੁਨਰ ਜਨਮ ਪੁਨਰ ਜਨਮ ਦੇ ਸੰਬੰਧ ਦੇ ਵਿੱਚ ਤਰਕਸ਼ੀਲ ਸੁਸਾਇਟੀ ਕੀ ਸਮਝਦੀ ਹੈ ਦੇਖੋ ਪੁਨਰਜਨਮ ਦੇ ਸਬੰਧ ਵਿੱਚ ਤਰਕਸ਼ੀਲ ਸੁਸਾਇਟੀ ਇਹ ਸਮਝਦੀ ਹੈ ਵੀ ਅਜੇ ਤੱਕ ਇਹਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਮਿਲਿਆ ਹੈ ਜਿਦੇ ਚੋਂ ਇਹ ਲੱਗੇ ਕਿ ਇੱਕ ਵਿਅਕਤੀ ਇੱਥੇ ਮਰ ਗਿਆ ਤੇ ਉਹ ਦਸਨੇ ਫੇਰ ਕਿਤੇ ਹੋਰ ਜਨਮ ਲੈ ਲਿਆ ਪਰ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਧਾਰਨਾਵਾਂ ਇਹੋ ਜਿਹੀਆਂ ਪ੍ਰਚਲਿਤ ਨੇਗੀਆਂ ਕਿ ਇੱਕ ਵਿਅਕਤੀ ਮਰ ਜਾਂਦਾ ਉਹ ਦੂਜੇ ਥਾਂ ਤੇ ਜਨਮ ਲੈ ਲੈਂਦਾ ਬਹੁਤ ਸਾਰੀਆਂ ਧਾਰਨਾਵਾਂ ਪਰ ਜਦੋਂ ਇਹਦੀ ਕੁੱਲ ਮਿਲਾ ਕੇ ਗੱਲ ਜੇ ਆਪਾਂ ਵਰਲਡਵਾਈਡ ਦੁਨੀਆ ਲੈਵਲ ਤੇ ਗੱਲ ਕਰੀਏ ਤਾਂ ਇਹ ਸਾਰੀ ਦੁਨੀਆ ਪਦਰ ਦਾ ਹੀ ਇੱਕ ਵਰਤਾਰਾ ਹੈ ਇਹਦੇ ਵਿੱਚ ਕੋਈ ਉਸ ਤਰ੍ਹਾਂ ਦੀ ਜੇ ਆਪਾਂ ਕਹੀਏ ਮੂੜਲੀ ਹਾਲਤ ਦੇ ਵਿੱਚ ਕੋਈ ਅੰਧਵਿਸ਼ਵਾਸ ਜਾਂ ਵਹਿਮ ਪਰਮਾਲੀ ਗੱਲ ਨਹੀਂ ਹੈ ਹੁਣ ਤੱਕ ਜਿੰਨੀਆਂ ਕੋ ਖੋਜਾਂ ਵਿਗਿਆਨੀਆਂ ਨੇ ਕੀਤੀਆਂ ਇਹਦੇ ਤੇ ਵੱਖ-ਵੱਖ ਸੰਸਥਾਵਾਂ ਬਣਦੀਆਂ ਰਹੀਆਂ ਉਹਨਾਂ ਨੇ ਖੀਜੀਆਂ ਖੋਜਾਂ ਕੀਤੀਆਂ ਸਭ ਤੋਂ ਜਿਹੜਿਆ ਵੱਧ ਕੰਮ ਹੋਇਆ ਉਹ ਅਮਰੀਕਾ ਦੀ ਵਰਜੀਨੀਆ ਯੂਨੀਵਰਸਿਟੀ ਨੇ ਕੀਤਾ ਜਿਹਦਾ ਜਣੀ ਸਭ ਤੋਂ ਵੱਧ ਡਾਟਾ ਮਿਲਦਾ ਕਿ ਉਹਨਾਂ ਨੇ ਲਗਭਗ 25000 ਕੇਸਾਂ ਨੂੰ ਸਟੱਡੀ ਕੀਤੀ ਉਹ 25000 ਕਿਸੇ ਨੂੰ ਸਟੱਡੀ ਕਰਨ ਤੋਂ ਬਾਅਦ ਬਹੁਤ ਮੋਟੀਆਂ-ਮੋਟੀਆਂ ਗੱਲਾਂ ਉਹਨਾਂ ਨੇ ਬੋਟੇ-ਮੋਟੇ ਨੁਕਤੇ ਨੇ ਜਿਹੜੇ ਕੱਢਿਆ ਜਿਹੜੇ ਸਾਰਿਆਂ ਦੇ ਵਿੱਚ ਕਾਮਨ ਪਾਏ ਗਏ ਆ ਕਿਸੇ 'ਚ ਇੱਕ ਘਾਟ ਆ ਕਿਸੇ 'ਚ ਇੱਕ ਵੱਧ ਆ ਪਰ ਉਹ ਕਾਮਨਲੀ ਸਾਰਿਆਂ 'ਚ ਮਿਲਦੇ ਆ ਉਹਨਾਂ ਦੀ ਖੋਜ ਇਸ ਸਿੱਟੇ ਤੇ ਪਹੁੰਚਦੀ ਆ ਕਿ ਇਹ ਸਾਰੀ ਦੁਨੀਆ 'ਚ ਹੀ ਬੱਚਿਆਂ ਦੇ ਵਿੱਚ ਵਾਪਰਦਾ ਲਗਭਗ 2 2.5 ਸਾਲ ਤੋਂ ਲੈ ਕੇ 7-8 ਸਾਲ ਦੀ ਉਮਰ ਤੱਕ ਬੱਚਾ ਕਿਸੇ ਵੇਲੇ ਇਹੋ ਜਿਹੀਆਂ ਗੱਲਾਂ ਕਹਿੰਦਾ ਕਿ ਇਹ ਮੇਰਾ ਘਰ ਨਹੀਂ ਇਹ ਤੁਸੀਂ ਮੇਰੇ ਮਾਂ ਪਿਓ ਨਹੀਂ ਮੇਰਾ ਘਰ ਹੋਰ ਸੀ ਉਹ ਘਰ ਇਹੋ ਜਿਹਾ ਸੀ ਮੈਂ ਐ ਹੁੰਦਾ ਸੀ ਮੈਂ ਇਹ ਮਰ ਗਿਆ ਸੀ ਉਹ ਕਹਿੰਦਾ ਪਰ ਪੁਨਰ ਜਨਮ ਦੀ ਜਿਹੜੀਆਂ ਸਟੋਰੀਆਂ ਇਹ ਸਿਰਫ ਉਹਨਾਂ ਹੀ ਮੁਲਕਾਂ 'ਚ ਉਹਨਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਧਰਮਾਂ ਨੂੰ ਮੰਨਣ ਵਾਲੇ ਇਹ ਲੋਕਾਂ 'ਚ ਪ੍ਰਚਲਿਤ ਹੁੰਦੀਆਂ ਜਿਨ੍ਹਾਂ ਵਿੱਚ ਪੁਨਰ ਜਨਮ ਦਾ ਸੰਕਲਪ ਪਿਆ ਮਨ ਲਓ ਕਿਸੇ ਵੀ ਮੁਸਲਮਾਨ ਕੰਟਰੀ ਹੈ ਜਿਹੜੇ ਵੀ ਕਹੋ ਅਰਬ ਕੰਟਰੀ ਕਹਿ ਲੈਣਾ ਜਿੱਥੇ ਵੀ ਉਹ ਵਸੋਂ ਹੈਗੀ ਆ ਜਿਨ੍ਹਾਂ ਦਾ ਪੁਨਰਜਨਮ ਵਿੱਚ ਵਿਸ਼ਵਾਸ ਨਹੀਂ ਹੈ ਉੱਥੇ ਜਦੋਂ ਕੋਈ ਬੱਚਾ ਅਜਿਹੀ ਗੱਲ ਕਰਦਾ ਤਾਂ ਉਹ ਨਾਲ ਦੀ ਨਾਲ ਕੋਸ਼ਿਸ਼ ਕਰਦੇ ਆ ਕਿ ਉਹ ਡਾਕਟਰ ਨੂੰ ਦਿਖਾਉਂਦੇ ਆ ਕਿ ਸਾਡਾ ਬੱਚਾ ਅਜਿਹੀਆਂ ਗੱਲਾਂ ਕਰਦਾ ਤੇ ਕਿਉਂ ਕਰਦਾ ਕਿਉਂਕਿ ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਪੁਨਰਜਨਮ ਉੱਥੇ ਉਹ ਬੱਚਾ ਜਿਹੜਾ ਹੈ ਉਹ ਕੁਝ ਟਾਈਮ ਬਾਅਦ ਆਪਣੇ ਆਪ ਗੱਲਾਂ ਕਰਨੋਂ ਹਟ ਜਾਂਦਾ ਹੈ ਅੱਛਾ ਜਿੰਨਾ ਦੇਸ਼ਾਂ 'ਚ ਕਹਿ ਲੋ ਖਾਸ ਕਰਕੇ ਏਸ਼ੀਅਨ ਦੇਸ਼ਾਂ 'ਚ ਕਹਿ ਲੋ ਖਾਸ ਕਰਕੇ ਜਿੱਥੇ ਬੁੱਧ ਧਰਮ ਜੈਨ ਧਰਮ Hindu ਧਰਮ ਸਿੱਖ ਧਰਮ ਜਿੱਥੇ ਧਰਮਾਂ ਦਾ ਆਪਾਂ ਕਹਿ ਸਕਦੇ ਹਾਂ ਬਹੁਤਾਤ ਹੈ ਉਹਨਾਂ ਥਾਵਾਂ ਦੇ ਉੱਤੇ ਪੁਨਰ ਜਨਮ ਦੀਆਂ ਇਹ ਸਟੋਰੀਆਂ ਅੱਗੇ ਡਿਵੈਲਪ ਹੋ ਜਾਂਦੀਆਂ ਕਿਉਂਕਿ ਇੱਕ ਗੱਲ ਆਪਾਂ ਨੂੰ ਪਤਾ ਹੈ ਕਿ ਜਦੋਂ ਕਿਤੇ ਵੀ ਕੋਈ ਅਜਿਹੀ ਗੱਲ ਵਾਪਰਦੀ ਹੈ ਤਾਂ ਦੋਨੇ ਪਰਿਵਾਰ ਇਮੋਸ਼ਨਲੀ ਇਸ ਗੱਲ ਨੂੰ ਅਡਾਪਟ ਕਰ ਲੈਂਦੇ ਆ ਦੂਜੀ ਗੱਲ ਜਿਹੜੀ ਵਰਲਡਵਾਈਡ ਜਿਹੜੀ ਇਹਦੇ ਤੇ ਹੁਣ ਤੱਕ ਖੋਜ ਹੋਈ ਆ ਸੰਸਾਰ ਪੱਧਰ ਤੇ ਖੋਜ ਹੋਈ ਆ ਉਹਦੇ ਚ ਉਹਨਾਂ ਦਾ ਇਹ ਕਹਿਣਾ ਹੈ ਕਿ ਦੋ ਤਿੰਨ ਹਾਲਤਾਂ ਨੇ ਬੱਚੇ ਦੀ ਇੱਕ ਮਾਨਸਿਕ ਅਵਸਥਾ ਹੈ ਜਿੱਥੇ ਜਾ ਕੇ ਬੱਚਾ ਅਜਿਹੀਆਂ ਗੱਲਾਂ ਕਰਦਾ ਪਹਿਲੀ ਗੱਲ ਆ ਕਿ ਉਹਦੇ ਚ ਡਿਲੀਊਜ਼ਨਲੀ ਥਿੰਕਿੰਗ ਪੈਦਾ ਹੋ ਜਾਂਦੀ ਹੈ ਉਹਦੇ ਜੋ ਧਰਮ ਭਲੇਖਿਆ ਦੀ ਥਿੰਕਿੰਗ ਪੈਦਾ ਹੋ ਜਾਂਦੀ ਹੈ ਉਹਨੂੰ ਉਹ ਜਿਹੇ ਸੁਪਨੇ ਆਉਣ ਲੱਗ ਜਾਂਦੇ ਆ ਦੂਜੀ ਗੱਲ ਨੂੰ ਉਹ ਕਹਿੰਦੇ ਆ ਕਿ ਡੀ ਅਟੈਚਮੈਂਟ ਉਹ ਆਪਦੇ ਉਸ ਪਰਿਵਾਰ ਨਾਲੋਂ ਉਸ ਘਰ ਨਾਲੋਂ ਬੇਲਾਗਤਾ ਡੀ ਅਟੈਚਮੈਂਟ ਸ਼ੋ ਕਰਦਾ ਵੀ ਮੇਰੇ ਤੁਸੀਂ ਨਹੀਂ ਮੇਰੇ ਕੁਛ ਲੱਗਦੇ ਮੇਰਾ ਨਹੀਂ ਇਹ ਕਈ ਵਾਰੀ ਵੱਡੇ ਬੱਚਿਆਂ 'ਚ ਵੀ ਹੋ ਜਾਂਦਾ ਕਿ ਉਹ ਆਪਦੇ ਬਾਪ ਨੂੰ ਕਹਿੰਦਾ ਵੀ ਤੂੰ ਮੇਰਾ ਬਾਪ ਨਹੀਂ ਬਾਪ ਕਿਤੇ ਐਂ ਕਰਦੇ ਹੁੰਦੇ ਆ ਤੂੰ ਮੇਰੀ ਮਾਂ ਨਹੀਂ ਮਾਵਾਂ ਕਿਤੇ ਐਂ ਕਰਦੀਆਂ ਹੁੰਦੀਆਂ ਜਣੀ ਇੱਕ ਤਾਂ ਇਹ ਡੀ ਅਟੈਚਮੈਂਟ ਵਾਲੀ ਗੱਲ ਆ ਇੱਕ ਹੁੰਦਾ ਕਿ ਬੱਚੇ ਨੂੰ ਜਦੋਂ ਕਈ ਵਾਰੀ ਥੋੜਾ ਮੋਟਾ ਪਰਿਵਾਰ ਦੇ ਵਿੱਚੋਂ ਉਸ ਤਰ੍ਹਾਂ ਦਾ ਮੋਹ ਪਿਆਰ ਨਾ ਮਿਲੇ ਉਹ ਕਿਸੇ ਨਾ ਕਿਸੇ ਗੱਲ ਤੇ ਰਿਐਕਟ ਕਰਦਾ ਹੈ ਜਣੀ ਇਹ ਤਿੰਨੇ ਗੱਲਾਂ ਆਪਾਂ ਕਹਿ ਸਕਦੇ ਹਾਂ ਰਲ ਕੇ ਉਹਦਾ ਰਿਐਕਟ ਕਰਨਾ ਉਹਦੀ ਡੀ ਅਟੈਚਮੈਂਟ ਉਹਦਾ ਡਿਲੀਊਜ਼ਨਰਲੀ ਥਿੰਕਿੰਗ ਜਿਹੜੀ ਉਹਦੇ ਚ ਪੈਦਾ ਹੋ ਜਾਂਦੀ ਹੈ ਕਈ ਵਾਰੀ ਇਹ ਤਿੰਨੇ ਗੱਲਾਂ ਹੋ ਜਾਂਦੀਆਂ ਕਈ ਵਾਰੀ ਇਹਨਾਂ ਚ ਕੋਈ ਇੱਕ ਅੱਧੀ ਜਣੀ ਇਹਨਾਂ ਗੱਲਾਂ ਨੂੰ ਰਲ ਕੇ ਉਹ ਮਨੋਵਿਗਿਆਨੀ ਨੇ ਜਿਹੜੇ ਉਹ ਇਸ ਨਤੀਜੇ ਤੇ ਪਹੁੰਚੇ ਆ ਕਿ ਇਹਨੂੰ ਫਿਰ ਹੋ ਰੀਕਾਰਨੀਏਸ਼ਨ ਪੁਨਰ ਜਨਮਨਾ ਦੀ ਬਿਮਾਰੀ ਦਾ ਜਿਹੜਾ ਨਾਮ ਹੈ ਉਹ ਦਿੱਤਾ ਜਾਂਦਾ ਹੈ ਇਹਦੇ ਕੋਈ ਵਿਸ਼ੇਸ਼ ਇਲਾਜ ਦੀ ਲੋੜ ਨਹੀਂ ਪਰ ਦੁਨੀਆ ਪੱਧਰ ਤੇ ਜਿਹੜਾ ਡਾਟਾ ਇਕੱਠਾ ਹੋਇਆ ਉਹਨਾਂ ਨੇ ਇਹ ਕੱਢਿਆ ਕਿ ਇਹਨਾਂ ਬੱਚਿਆਂ 'ਚੋਂ ਅੱਗੇ ਜਾ ਕੇ ਬੱਚਿਆਂ ਦੇ ਕਿਸੇ ਨਾ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋਣ ਦੀਆਂ ਸੰਭਾਵਨਾਵਾਂ ਆਮ ਬੱਚਿਆਂ ਨਾਲੋਂ ਵੱਧ ਹੁੰਦੀਆਂ ਜ਼ਰੂਰੀ ਨਹੀਂ ਕਿ ਉਹ ਮਾਨਸਿਕ ਰੋਗ ਉਹਨਾਂ ਨੂੰ ਕੋਈ ਆਵੇ ਪਰ ਉਹਨਾਂ ਦੀਆਂ ਸੰਭਾਵਨਾਵਾਂ ਨੇ ਜਿਹੜੀਆਂ ਉਹ ਵੱਧ ਹੁੰਦੀਆਂ ਆਮ ਕਰਕੇ ਜਿਵੇਂ ਕਹੋ ਪੂਰੇ ਸੰਸਾਰ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਡਾਟਾ ਉਹ ਵੀ ਕਹਿੰਦਾ ਕੇ 10 ਤੋਂ 15000 ਮੰਗਰ ਇੱਕ ਬੱਚੇ ਚ ਇਹੋ ਜਿਹੇ ਲੱਛਣ ਪਾਏ ਜਾਂਦੇ ਆ ਪਰ ਜਿਹਦੀ ਸਟੋਰੀ ਅੱਗੇ ਬਣ ਜਾਂਦੀ ਆ ਉਹ ਗਿਣੀ ਜਾਂਦੀ ਆ ਬਾਕੀ ਬਹੁਤੇ ਬੱਚੇ ਆ ਕੀ ਆ ਵੀ ਉਹ ਉੱਥੇ ਰੁਕ ਜਾਂਦੇ ਆ ਆਪਣੇ ਆਪ ਹਟ ਜਾਂਦੇ ਆ ਜਾਂ ਵੱਖ-ਵੱਖ ਧਰਮਾਂ ਚ ਜਿਹੜੇ ਪੁਨਰ ਜਨਮ ਨੂੰ ਨਹੀਂ ਮੰਨਦੇ ਉਹਨਾਂ ਚ ਇਹਨੂੰ ਵੈਸੇ ਹੀ ਸਟੋਰੀ ਨੂੰ ਬਣਨ ਨਹੀਂ ਦਿੱਤਾ ਜਾਂਦਾ ਰਜਿੰਦਰ ਜੀ ਤੁਸੀਂ ਗੱਲ ਕੀਤੀ ਆ 버ਜੇਨੀਆ ਯੂਨੀਵਰਸਿਟੀ ਦੀ 버ਜੇਨੀਆ ਯੂਨੀਵਰਸਿਟੀ ਨੇ ਇਹਦੇ ਤੇ ਪਰਤਾਲ ਕੀਤੀ ਆ ਕਾਫੀ ਸਾਰੀ ਤੇ ਉਹ ਲਗਭਗ ਇਸ ਸਿੱਟੇ ਤੇ ਪਹੁੰਚਿਆ ਕਿ ਜਿਹੜੀ ਇਹ ਪੁਨਰਜਨਮ ਵਾਲੀ ਗੱਲ ਹੈਗੀ ਆ ਅਜਿਹਾ ਕੁਝ ਨਹੀਂ ਹੁੰਦਾ ਜੀ ਤਰਕਸ਼ੀਲ ਸੁਸਾਇਟੀ ਦੇ ਵਿੱਚ ਪਿਛਲੇ ਤੁਸੀਂ 37 ਸਾਲਾਂ ਤੋਂ ਕੰਮ ਕਰ ਰਹੇ ਹੋ ਜੀ ਪੰਜਾਬ ਦੇ ਵਿੱਚ ਵੀ ਅਜਿਹੇ ਘਟਨਾਵਾ ਬਹੁਤ ਸਾਰੀਆਂ ਰਿਪੋਰਟ ਹੋਈਆਂ ਨੇ ਜੀ ਕੀ ਤਰਕਸ਼ੀਲ ਸੁਸਾਇਟੀ ਦੇ ਪੱਧਰ ਦੇ ਉੱਪਰ ਤੁਸੀਂ ਜਿਹੜੀ ਪਰਤਾਲ ਕੀਤੀ ਆ ਉਹ ਕੀ ਕਹਿੰਦੀ ਆ ਤਾਰਕਸ਼ੀਲ ਸੋਸਾਇਟੀ ਅਸਲ ਵਿੱਚ ਜਦੋਂ 84 ਚ ਬਣਦੀ ਆ ਤਾਂ ਜਦੋਂ ਇਹ ਇਹ ਗੱਲ ਡਿਕਲੇਅਰ ਕਰਦੀ ਹੈ ਕਿ ਇਸ ਧਰਤੀ ਦੇ ਉੱਤੇ ਪੂਰੀ ਦੇ ਉੱਤੇ ਕੋਈ ਗੈਬੀ ਸ਼ਕਤੀ ਦੇਵੀ ਸ਼ਕਤੀ ਨਹੀਂ ਹੈ ਇੱਥੇ ਕੋਈ ਕਰਾਮਾਤ ਨਹੀਂ ਹੋ ਸਕਦੀ ਇੱਥੇ ਕੋਈ ਕ੍ਰਿਸ਼ਮਾ ਨਹੀਂ ਹੁੰਦਾ ਮਨੁੱਖ ਦੀ ਗਿਆਨ ਦੀ ਇੱਕ ਸੀਮਾ ਤਾਂ ਹੋ ਸਕਦੀ ਹੈ ਕਿ ਉਹਦੀ ਉਹ ਸਹੀ ਪੜਤਾਲ ਨਹੀਂ ਕਰ ਸਕਦਾ ਜਦੋਂ ਇਹ ਗੱਲਾਂ ਤਰਕਸ਼ੀਲ ਸੁਸਾਇਟੀ ਨੇ ਰੱਖੀਆਂ ਤਾਂ ਬਹੁਤ ਸਾਰੇ ਮਸਲੇ ਸੀ ਚਾਹੇ ਉਹ ਭੂਤਾਂ ਪ੍ਰੇਤਾਂ ਨਾਲ ਸੰਬੰਧਿਤ ਸੀ ਕਿ ਭਾਈ ਫਿਰ ਜੇ ਭੂਤ ਨਹੀਂ ਹੁੰਦੇ ਤਾਂ ਚਿੰਬੜ ਕਿਵੇਂ ਜਾਂਦੇ ਆ ਫਿਰ ਇਹਦੇ ਨਾਲ ਹੀ ਸੀ ਗੱਲ ਕਿ ਭਾਈ ਤੁਸੀਂ ਜਦੋਂ ਇਹ ਕਹਿੰਦੇ ਹੋ ਵੀ ਅਜਿਹਾ ਕੁਝ ਹੁੰਦਾ ਨਹੀਂ ਵੀ ਇਹ ਸਰੀਰ ਆ ਜਿਹੜਾ ਮਨੁੱਖੀ ਸਰੀਰ ਆ ਇਸ ਬ੍ਰਹਿਮੰਡ ਦੇ ਵਿੱਚ ਡਿਵੈਲਪ ਹੁੰਦਾ ਪੈਦਾ ਹੁੰਦਾ ਵੱਡਾ ਹੁੰਦਾ ਤੇ ਬੁਢਾਪੇ ਤੋਂ ਬਾਅਦ ਕਹਿ ਲਓ ਜਾਂ ਮੌਤ ਤੋਂ ਬਾਅਦ ਇਸੇ ਬ੍ਰਹਿਮੰਡ ਦੇ ਵਿੱਚ ਉਹ ਪਦਾਰਥਕ ਰੂਪ ਵਿੱਚ ਵੜ ਜਾਂਦਾ ਹੈ ਮੇਰੇ ਵੀਰ ਤੁਸੀਂ ਇਹ ਪੁਨਰਜਨਮ ਦੱਸੋ ਸੁਣਦੇ ਬਹੁਤ ਸਾਰੀਆਂ ਗੱਲਾਂ ਇਹੋ ਜੀਆਂ ਆਉਂਦੀਆਂ ਆਈਆਂ ਬਹੁਤ ਸਾਰੇ ਪੁਨਰਜਨਮ ਵਾਲੇ ਕੇਸਾਂ ਜਿੱਥੇ ਬੱਚੇ ਦੱਸਦੇ ਸੀ ਇਸ ਤਰ੍ਹਾਂ ਦਾ ਸੀਗਾ ਉੱਥੇ ਸਾਡੀਆਂ ਟੀਮਾਂ ਗਈਆਂ ਉਹਨਾਂ ਦੀ ਬਕਾਇਦਾ ਇੱਕ ਪੂਰੀ ਬੁੱਕ ਸ਼ੈਪੀ ਵੀ ਹੈ ਜਿਹੜੀ ਅੱਜ ਤੋਂ 10 12 15 ਸਾਲ ਪਹਿਲਾਂ ਛਾਪੀ ਸੀ ਜਿਹੜੇ ਉਹ ਤੋਂ ਪਹਿਲਾਂ ਕੇਸ ਆਏ ਸੀ ਉਹਨਾਂ ਦੇ ਵਿੱਚ ਜਦੋਂ ਅਸੀਂ ਜਾ ਕੇ ਵੇਖਿਆ ਇਹ ਵਰਲਡਵਾਈਡ ਵੀ ਹੈ ਉਹਦੇ ਵਿੱਚ ਵੀ ਆਉਂਦਾ ਸੀ ਇਹ ਗੱਲ ਉੱਥੇ ਵੀ ਇਹ ਕਵਰ ਕਰਨ ਵਾਲੀ ਹੈ ਉਹਦੇ ਵਿੱਚ ਵੇਖਿਆ ਇਹ ਗਿਆ ਕਿ ਬੱਚਾ ਕਦੇ ਵੀ ਜਿਹੜਾ ਬੱਚਾ ਆਪਦਾ ਪਿਛਲਾ ਜਨਮ ਦੱਸਣ ਲੱਗਦਾ ਸ਼ੁਰੂਆਤੀ ਦੌਰ ਦੇ ਵਿੱਚ ਜਾਂ ਆਪਾਂ ਇਹ ਕਹਿ ਲਓ ਕਿ ਨਾ ਉਹਦੇ ਬੱਚੇ ਦੇ ਮਨ 'ਚ ਕੋਈ ਇਹੋ ਜਿਹੀ ਭਾਵਨਾ ਹੁੰਦੀ ਹੈ ਕਿ ਉਹ ਅੰਧਵਿਸ਼ਵਾਸੀ ਆ ਨਾ ਉਹਦੇ ਮਾਪਿਆਂ 'ਚ ਭਾਵਨਾ ਹੁੰਦੀ ਹੈ ਕੋਈ ਕਿਸੇ ਵੀ ਬੱਚੇ ਨੇ ਅੱਜ ਤੱਕ ਆਪਦੇ ਆਪ ਪਹਿਲਾਂ ਆਪਦਾ ਪਿਛਲਾ ਜਨਮ ਦਾ ਨਾਮ ਨਹੀਂ ਦੱਸਿਆ ਅੱਜ ਤੱਕ ਉਹਨੇ ਕਦੇ ਵੀ ਆਪਣੇ ਮਾਂ-ਬਾਪ ਦਾ ਭੈਣਾ ਭਰਾਵਾਂ ਦਾ ਨਾਮ ਨਹੀਂ ਦੱਸਿਆ ਨਹੀਂ ਤੇ ਗੱਲ ਬਹੁਤ ਸੋਖੀ ਹੋ ਜਾਂਦੀ ਆ ਪਿੰਡ ਉਹ ਦੱਸਦਾ ਪਿੰਡ ਉਹ ਬੋਲਦਾ ਕਿ ਮੇਰਾ ਫਲਾਣਾ ਪਿੰਡ ਸੀ ਪਰ ਜੇ ਉਹ ਆਪਦਾ ਨਾਂ ਵੀ ਨਾਲ ਦੱਸ ਦੇ ਤਾਂ ਫੇਰ ਇਹ ਸਾਰੀਆਂ ਗੱਲਾਂ ਦਾ ਇੱਕਦਮ ਉੱਥੇ ਹੀ ਸਾਮਪ ਹੋ ਜਾਂਦੀਆਂ ਫਿਰ ਕਿਸੇ ਨੂੰ ਪੁੱਛਣ ਦੀ ਭਾਲਣ ਦੀ ਟੋਲਣ ਦੀ ਲੋੜ ਨਹੀਂ ਕਿ ਉਹਨੇ ਨਾਂ ਲਿਆ ਆਪਦਾ ਨਾਂ ਲਿਆ ਮਾਂ ਦਾ ਪਿਓ ਦਾ ਪਿੰਡ ਦਾ ਨਾਂ ਲਿਆ ਤੇ ਇੰਨੀਆਂ ਗੱਲਾਂ ਕਾਫੀ ਹੁੰਦੀਆਂ ਤੇ ਉਦੋਂ ਬਾਅਦ ਇਹ ਵੀ ਦੱਸਦਾ ਉਹ ਵੀ ਮੇਰੀ ਮੌਤ ਬਿਮਾਰ ਹੋ ਕੇ ਹੋਈ ਸੀ ਗੋਲੀ ਵੱਜ ਕੇ ਹੋਈ ਸੀ ਐਕਸੀਡੈਂਟ ਹੋ ਕੇ ਹੋਈ ਸੀ ਜਦੋਂ ਇੰਨੀਆਂ ਗੱਲਾਂ ਦੱਸਦਾ ਤੇ ਬੱਚੇ ਨੂੰ ਆਪਾਂ ਮੌਜ ਨਾਲ ਹੀ ਉੱਥੇ ਜਾ ਕੇ ਕਰ ਸਕਦੇ ਹਾਂ ਪਰ ਉਹ ਸਾਰੀਆਂ ਗੱਲਾਂ ਦਾ ਨਤੀਜਾ ਇਹ ਨਿਕਲਦਾ ਕਿਉਂਕਿ ਇੱਕ ਤਾਂ ਤਰਕਸ਼ੀਲ ਸੁਸਾਇਟੀ ਕੋਲੇ ਕੇਸ ਆਉਂਦਾ ਉਦੋਂ ਆ ਜਦੋਂ ਕਾਫੀ ਸਾਰਾ ਤਾਲਮੇਲ ਦੋਹਾਂ ਪਰਿਵਾਰਾਂ ਚ ਹੋ ਗਿਆ ਹੁੰਦਾ ਪਰ ਵੇਖਿਆ ਹੀ ਗਿਆ ਹੁਣ ਤੱਕ ਜਾਂ ਜਿਹੜੇ ਪੰਜਾਬ ਦੇ ਅੰਦਰ ਮਨੋਵਿਗਿਆਨੀਆਂ ਨੇ ਕੁਝ ਕੇਸਾਂ ਨੂੰ ਇਹਦੇ ਤੇ ਪੰਜਾਬ ਦੇ ਅੰਦਰ ਵੀ ਸਟੱਡੀ ਕੀਤਾ ਵੇਖਿਆ ਇਹ ਗਿਆ ਕਿ ਜਦੋਂ ਬੱਚਾ ਕਹਿੰਦਾ ਇਹ ਨਹੀਂ ਮੇਰਾ ਘਰ ਤੁਸੀਂ ਨੇ ਮੇਰੇ ਮਾਪੇ ਮੇਰਾ ਤਾਂ ਹੋਰ ਘਰ ਹੁੰਦਾ ਸੀ ਸਾਡੇ ਘਰੇ ਟਰੈਕਟਰ ਹੁੰਦਾ ਸੀ ਸਾਡੇ ਘਰੇ ਐਂ ਹੁੰਦਾ ਸੀ ਸਾਡੇ ਕੋਲ ਕੋਲੇ ਕੋ ਫਲਾਣਾ ਧਾਰਮਿਕ ਸਥਾਨ ਸੀ ਸਾਡੇ ਘਰ ਕੋਲੇ ਸਕੂਲ ਸੀ ਉਥੇ ਪਿਪਲ ਸੀ ਉਥੇ ਉਥੇ ਫੁੱਲਾਂ ਵਾਲੀ ਵੇਲ ਸੀ ਉਹ ਕਹਿੰਦਾ ਜੇ ਬੱਚੇ ਨੂੰ ਉਹਦੇ ਮਾਪੇ ਜਾਂ ਉਹਦਾ ਪਰਿਵਾਰ ਬਿਨਾ ਹੋਰ ਕੋਈ ਗੱਲ ਜਿੱਥੇ ਉਹ ਕਹਿੰਦਾ ਉਹਨੂੰ ਲਈ ਜਾਣ ਲਈ ਜਾਣ ਤਾਂ ਉਥੇ ਕੁਝ ਵੀ ਨਹੀਂ ਮਿਲਦਾ ਉਹੋ ਜਿਹਾ ਪਰ ਬੱਫਰ ਦਾ ਕੀ ਆ ਤਰਕਸ਼ੀਲ ਸੁਸਾਇਟੀ ਦੇ ਤਜਰਬੇ ਚ ਉਹ ਇਹ ਗੱਲ ਬਹੁਤ ਨਿਖਰ ਕੇ ਸਾਹਮਣੇ ਆ ਗਈ ਕਿ ਜਦੋਂ ਬੱਚਾ ਕੀ ਕਹਿੰਦਾ ਸ਼ੁਰੂ ਚ ਤੁਸੀਂ ਮੇਰੇ ਮਾਂ ਪਿਓ ਨਹੀਂ ਇਹ ਮੇਰਾ ਘਰ ਨਹੀਂ ਮੇਰਾ ਘਰ ਤਾਂ ਫਲਾਣੇ ਪਿੰਡ ਦਾ ਹੈ ਹੁਣ ਹੋਰ ਉਹਨੂੰ ਕੁਝ ਨਹੀਂ ਪਤਾ ਫਿਰ ਇਹ ਹੁੰਦਾ ਕਿ ਜੇ ਬੱਚਾ ਪਹਿਲਾਂ ਹੀ ਕਹਿੰਦਾ ਵੀ ਮੇਰੀ ਮੌਤ ਇਸ ਤਰ੍ਹਾਂ ਹੋਈ ਸੀ ਜੇ ਬੱਚਾ ਉਹ ਕਹਿੰਦਾ ਫਿਰ ਉਹਦੀ ਮੌਤ ਨਾਲ ਰਿਲੇਟ ਕਰਕੇ ਕਿ ਵੀ ਇਸ ਤਰ੍ਹਾਂ ਦੀ ਕੋਈ ਮੌਤ ਹੋਈ ਪਿੰਡ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਉਦੋਂ ਵੀ ਇਹ ਮੌਤ ਕਦੋਂ ਹੋਈ ਨਹੀਂ ਦਾ ਚਾਹੀਦਾ ਤਾਂ ਇਹ ਆ ਕਿ ਬੱਚੇ ਨੇ ਭਈ 5 ਸਾਲ ਪਹਿਲਾਂ ਜਨਮ ਲਿਆ ਮੰਨ ਲਓ 1915 ਚ ਬੱਚੇ ਨੇ ਜਨਮ ਲਿਆ ਵੀ 1915 ਚ ਇਸ ਤਰੀਕੇ ਨਾਲ ਕਿਹਦੀ ਮੌਤ ਹੋਈ ਜਣੀ ਉਹ ਇਹ ਨਹੀਂ ਹੁੰਦਾ ਉਹ ਰਾਉਂਡ ਅਬਾਊਟ ਹੁੰਦਾ ਕਿ ਇਸ ਤਰੀਕੇ ਨਾਲ ਕਿਹਦੀ ਮੌਤ ਹੋਈ ਉਹ ਕੋਈ ਐਕਸੀਡੈਂਟ ਵੀ ਹੋ ਸਕਦਾ ਉਹ ਕੋਈ ਆਪਾਂ ਨੈਚੁਰਲ ਡੈਥ ਵੀ ਹੋ ਸਕਦੀ ਹੈ ਮੋਸਟਲੀ ਡੈਥ ਕੇਸ ਜਿੰਨੇ ਆਪਣੇ ਕੋ ਆਏ ਆ ਉਹਦੇ ਚ ਇਹੀ ਹੁੰਦਾ ਵੀ ਐਕਸੀਡੈਂਟਲ ਜ਼ਿਆਦਾ ਆਏ ਆ ਜਾਂ ਜਿਆਦਾ ਕਰਕੇ ਜਿਹੜੀ 트ਰਾਜਿਕ ਡੈਥ ਹੁੰਦੀ ਆ 트ਰਾਜਿਕ ਡੈਥ ਹਾਂ ਜਿਹਨੂੰ ਆਪਾਂ ਕਹਿ ਸਕਦੇ ਆ ਬੇਵਕਤ ਮੌਤ ਅ ਅਨੈਚੁਰਲ ਕਹਿੰਦੇ ਉਹਨੂੰ ਗੈਰ ਕੁਦਰਤੀ ਮੌਤ ਉਹ ਹੁੰਦੀ ਆ ਤੇ ਉਹਦੇ ਚ ਫਿਰ ਕੀ ਹੁੰਦਾ ਜਦੋਂ ਉਹੋ ਜੀ ਮੌਤ ਨਾਲ ਉਹਨੂੰ ਕੋਰਿਲੇਟ ਕਰ ਲਿਆ ਜਾਂਦਾ ਤੇ ਦੋਹਾਂ ਪਰਿਵਾਰਾਂ ਦਾ ਇੱਕ ਤਰ੍ਹਾਂ ਨਾਲ ਮਿਲਾਨ ਹੁੰਦਾ ਵਿਚਾਲੇ ਕੋਈ ਨਾ ਕੋਈ ਮੀਡੀਏਟਰ ਬਣ ਜਾਂਦਾ ਜਿਹੜਾ ਉਸ ਦੋਨਾਂ ਪਰਿਵਾਰਾਂ ਨੂੰ ਜਾਣਦਾ ਉਹ ਕਿਸੇ ਰੂਪ ਚ ਉਹਦਾ ਉਦੋਂ ਮਨਸ਼ਾ ਕੋਈ ਨਹੀਂ ਹੁੰਦਾ ਵੀ ਆਪਾਂ ਇਹ ਗੱਲ ਨੂੰ ਫਲਾਉਣਾ ਆਪਾਂ ਇਹਨੂੰ ਪ੍ਰਚਾਰਨਾ ਉਹ ਤਾਂ ਇੰਨਾ ਕੀ ਦੱਸਦਾ ਵੀ ਹਾਂ ਫਲਾਣੇ ਪਿੰਡ ਆਹ ਗੱਲ ਐ ਹੋਈ ਸੀ ਉਹ ਫਿਰ ਹੌਲੀ-ਹੌਲੀ ਪਰਿਵਾਰ ਇੱਕ ਦੂਜੇ ਦੇ ਜਦੋਂ ਨੇੜੇ ਲੱਗਦੇ ਆ ਜਾਣ-ਪਛਾਣ ਹੁੰਦੀ ਆ ਫਿਰ ਉਹਨਾਂ ਦੇ ਜਿਹੜੇ ਨਾਮ ਨੇ ਉਹ ਆਉਂਦੇ ਆ ਸਾਹਮਣੇ ਵੀ ਪਿਓ ਦਾ ਨਾਮ ਕੀ ਸੀ ਮਾਂ ਦਾ ਨਾਮ ਕੀ ਸੀ ਜੇ ਵਿਆਹ ਤਾਂ ਪਤਨੀ ਦਾ ਨਾਮ ਕੀ ਸੀ ਬੱਚੇ ਨੇ ਜੇ ਪਿਛਲੇ ਜਨਮ ਚ ਤਾਂ ਬੱਚਿਆਂ ਦਾ ਨਾਮ ਕੀ ਸੀ ਫਿਰ ਦੋ ਚਾਰ ਘਟਨਾਵਾਂ ਉਹ ਜਿਹੜੇ ਮਾਪੇ ਹੁੰਦੇ ਆ ਪਿਛਲੇ ਜਨਮ ਦੇ ਕਿਉਂਕਿ ਉਹ ਮੋਸ਼ਨਲੀ ਇਸ ਗੱਲ ਦਾ ਬਹੁਤ ਉਹਨਾਂ ਨੂੰ ਮੋਹ ਹੁੰਦਾ ਵੀ ਯਾਰ ਸਾਡਾ ਵਿਛੜਿਆ ਸੀ ਸਾਥੋਂ ਤੇ ਹੁਣ ਸਾਨੂੰ ਮਿਲ ਗਿਆ ਬਹੁਤ ਮੋਹ ਹੁੰਦਾ ਫਿਰ ਉਹ ਮੋਹ ਚ ਬਹੁਤ ਸਾਰੀਆਂ ਗੱਲਾਂ ਕਰਦਿਆ ਵੀ ਤੂੰ ਆ ਉਹ ਐਂ ਕਰਦਾ ਹੁੰਦਾ ਸੀ ਉਹਦੇ ਤਾਂ ਆ ਵੀ ਗੱਲਾਂ ਕਰਦਾ ਉਹਦੇ ਚੋਂ ਇਹ ਬੱਚੇ ਨੇ ਜਿਹੜੇ ਫਿਰ ਇਹ ਕਾਫੀ ਸਾਰੀ ਗੱਲ ਲਵਾਤਾ ਉਹਨੂੰ ਰਿਸਿਵ ਕਰਨਾ ਸ਼ੁਰੂ ਕਰ ਦਿੰਦਾ ਉਹ ਨਾਮ ਵੀ ਯਾਦ ਹੋ ਜਾਂਦੇ ਬੱਚੇ ਦੇ ਉਹ ਘਟਨਾਵਾਂ ਵੀ ਯਾਦ ਹੋ ਜਾਂਦੀਆਂ ਤੇ ਇਹ ਵੀ ਵੇਖਿਆ ਗਿਆ ਕਿ ਜਦੋਂ ਵੀ ਅਸੀਂ ਇਹਦੇ ਪੁਨਰ ਜਨਮ ਵਾਲੇ ਕੇਸ ਤੇ ਕਿਤੇ ਜਾਂਦੇ ਆ ਤਾਂ ਬੱਚਾ ਬਹੁਤ ਥੋੜੀਆਂ ਗੱਲਾਂ ਦੱਸਦਾ ਹੈ ਉਹ ਬੱਚੇ ਦੇ ਨਾਲ ਕੋਈ ਵੀ ਹੋ ਸਕਦਾ ਉਹਦਾ ਮਾਂ ਵੀ ਹੋ ਸਕਦਾ ਉਹਦਾ ਪਿਓ ਵੀ ਹੋ ਸਕਦਾ ਉਹਦਾ ਕੋਈ ਥਰਡ ਬੰਦਾ ਵੀ ਹੋ ਸਕਦਾ ਬਹੁਤੀਆਂ ਗੱਲਾਂ ਉਹ ਦੱਸਦਾ ਵੀ ਜੀ ਅਸੀਂ ਫਿਰ ਇਹਨੂੰ ਉੱਥੇ ਲੈ ਕੇ ਗਏ ਅਸੀਂ ਫਿਰ ਇਹਨੂੰ ਉੱਥੇ ਲੈ ਕੇ ਗਏ ਅਸੀਂ ਫਿਰ ਜਦੋਂ ਜੱਸਿਆ ਇਹਨੇ ਉਹਨੂੰ ਪਛਾਣ ਲਿਆ ਜਿਹੜੇ ਮੈਂ ਸਭ ਦੱਸਣਾ ਚਾਹੁੰਗਾ ਮੁੱਲਾਂਪੁਰ ਦੇ ਨੇੜੇ ਪਨੋੜ ਪੰਜਾਬ ਪਿੰਡ ਉੱਥੇ ਪੁਨਰਜਨਮ ਹੋਇਆ ਕਾਫੀ 20 ਸਾਲ ਪਹਿਲਾਂ ਦੀ ਗੱਲ ਹੋ ਗਈ ਉਹ ਆਪਣੀ ਅਗਲੇ ਪਿਛਲੇ ਜਨਮ ਚ ਰਿਕਾਰਡਡ ਕੇਸ ਆ ਉੱਥੇ ਕਿਉਂਕਿ ਉਹ ਕੇਸ ਸਾਡੇ ਕੋਲੇ ਮੋਡਲੀ ਸਟੇਜ ਚ ਆ ਗਿਆ ਜਦੋਂ ਮੋਡਲੀ ਸਟੇਜ ਚ ਆ ਗਿਆ ਤਾਂ ਦਨਵੀਰ ਕਟਾਣੀ ਜੀ ਜਿਹੜੇ ਲੁਧਿਆਣੇ ਜ਼ੋਨ ਦੇ ਵਿੱਚ ਕੰਮ ਕਰਦੇ ਨੇ ਇੱਕ ਹਾੜਾ ਕਾਈ ਦੇ ਐਕਟਿਵ ਮੈਂਬਰ ਨੇ ਉਹ ਵੀ ਨਾਲ ਸੀ ਟੀਮ ਦੇ ਅਸੀਂ ਉਹਨਾਂ ਨੂੰ ਬੁਣਾ ਲਿਆ ਵੀ ਭਾਈ ਤੂੰ ਉਸ ਮੁੰਡੇ ਦਾ ਮਾਮਾ ਅਸੀਂ ਉਸ ਘਰੇ ਗਏ ਜਦੋਂ ਜਾਨ ਸਰ ਅਸੀਂ ਕਿਹਾ ਵੀ ਤੂੰ ਪਛਾਣਨਾ ਇਹ ਤੇਰਾ ਮਾਮਾ ਉਹ ਭੱਜ ਕੇ ਗੋਦੀ ਚ ਛੜ ਗਿਆ ਉਹਦੇ ਕਹਿੰਦਾ ਹਾਂ ਇਹ ਮੇਰਾ ਮਾਮਾ ਹੈ ਜਾਨੀ ਇਹ ਸਜੈਸਟਿਵ ਜਿਹੜੇ ਹੈ ਉਹਨੂੰ ਆਨਸਰ ਉਹ ਮਿਲਦੇ ਆ ਇਹ ਨਹੀਂ ਹੁੰਦਾ ਕਿ ਬੱਚੇ ਨੇ ਆਪਦੀ ਭੂਆ ਨੂੰ ਪਛਾਣ ਲਿਆ ਨਹੀਂ ਕਿਉਂਕਿ ਪਰਿਵਾਰ ਨੂੰ ਪਤਾ ਹੁੰਦਾ ਕਿ ਵੀ ਅੱਜ ਕੌਣ ਮਿਲਣ ਆ ਰਿਹਾ ਕਿਉਂਕਿ ਚਾਹ ਬੜਾ ਹੁੰਦਾ ਪਰਿਵਾਰ ਉਸ ਪਰਿਵਾਰ 'ਚ ਵੀ ਚਾਹ ਹੁੰਦਾ ਜਿਹੜਾ ਮਿਲਣ ਆਉਂਦਾ ਵੀ ਅੱਜ ਤਾਂ ਭੂਆ ਫੁੱਫੜ ਮਿਲਣ ਆ ਰਹੇ ਆ ਤਾਂ ਜਦੋਂ ਉਹਨਾਂ ਨੇ ਆਉਣਾ ਉਹਨਾਂ ਨੇ ਇੱਕ ਅਟਰੈਕਸ਼ਨ ਹੁੰਦੀ ਆ ਮੇਲਨਾਲੇ ਦੀ ਕੌਣ ਆ ਰਿਹਾ ਤਾਂ ਲਾਜ਼ਮੀ ਆਉਣ ਸਰ ਕੌਣਾ ਵੀ ਤੂੰ ਪਛਾਣ ਲੈ ਤੇਰੀ ਭੂਆ ਆਈ ਆ ਉਹ ਹਾਂ ਕਹੂਏ ਮੇਰੀ ਭੂਆ ਯਾਨੀ ਇਹ ਸਜੈਸਟਿਵ ਜਿਹੜੇ ਕੁਐਸਚਨ ਨੇ ਉਹ ਉਥੇ ਉਹਨੂੰ ਫੀਡ ਹੁੰਦੇ ਰਹਿੰਦੇ ਆ ਸਭ ਤੋਂ ਇਹ ਨਹੀਂ ਕਿ ਜਾਣ ਕੇ ਸਿਖਾਇਆ ਜਾਂਦਾ ਜਾਣ ਕੇ ਸਿਖਾਉਣ ਵਾਲੀ ਗੱਲ ਨਹੀਂ ਹੁੰਦੀ ਜਿੰਨੇ ਕੇਸਾਂ ਚ ਪਾਇਆ ਗਿਆ ਪਰ ਜਦੋਂ ਉਹ ਗੱਲ ਐਸਟੈਬਲਿਸ਼ ਹੋ ਜਾਂਦੀ ਆ ਫੇਰ ਉਹਨਾਂ ਉਹਨਾਂ ਗੱਲਾਂ ਨੂੰ ਉਹਨਾਂ ਨਾਵਾਂ ਨੂੰ ਉਹਨਾਂ ਥਾਵਾਂ ਨੂੰ ਉਹਨਾਂ ਘਟਨਾਵਾਂ ਨੂੰ ਇੰਨੀਆਂ ਪਰਪੱਕ ਕਰ ਲਿਆ ਜਾਂਦਾ ਕਿ ਜਦੋਂ ਕੋਈ ਆਮ ਵਿਅਕਤੀ ਇਹ ਗੱਲ ਪੁੱਛਦਾ ਵੀ ਭਾਈ ਕਿਵੇਂ ਹੋਇਆ ਸੀ ਫਿਰ ਇੱਕੋ ਹੀ ਗੱਲ ਕਹਿਣੀ ਪੈਂਦੀ ਹੈ ਕੁਐਸਚਨ ਕਿਵੇਂ ਹੋਇਆ ਸੀ ਫਿਰ ਸਾਰੀ ਗੱਲ ਉਹ ਆਪ ਹੀ ਦੱਸੀ ਜਾਂਦੇ ਐ ਹੋਇਆ ਸੀ ਐ ਹੋਇਆ ਸੀ ਐ ਹੋਇਆ ਸੀ ਉਹ ਸਾਨੂੰ ਵੀ ਪਤਾ ਕਿ ਅੱਠ ਦਾ ਸਵਾਲ ਪੁਨਰ ਜਨਮ ਸਿੱਧ ਕਰਨ ਵਾਸਤੇ ਆਮ ਲੋਕਾਂ ਵਾਸਤੇ ਕਾਫੀ ਹੈ ਵੀ ਬੱਚਾ ਪਿਛਲੇ ਜਨਮ ਦਾ ਨਾਮ ਦੱਸ ਦੇ ਆਪਦੇ ਮਾਂ ਦਾ ਪਿਓ ਦਾ ਨਾਮ ਦੱਸ ਦੇ ਪਿੰਡ ਦਾ ਨਾਮ ਦੱਸ ਦੇ ਇੱਕ ਅੱਧੀ ਘਟਨਾ ਕੋਈ ਹੋਰ ਦੱਸ ਦੇ ਜਿਹੜੀ ਉਹਦੇ ਨਾਲ ਵਾਪਰੀ ਹੈ ਤਾਂ ਉਹਦੇ ਚੋਂ ਕੀ ਹੁੰਦਾ ਕਿ ਉਹ ਬੱਚੇ ਨੂੰ ਪੱਕ ਜਾਂਦਾ ਤੇ ਜਦੋਂ ਬੱਚੇ ਨੂੰ ਪੁੱਛਦੇ ਆ ਉਹ 2 ਮਿੰਟਾਂ ਚ ਇਹ ਸਾਰੀਆਂ ਗੱਲਾਂ ਦੱਸ ਦਿੰਦਾ ਬਾਕੀ ਦੀਆਂ ਗੱਲਾਂ ਤਾਂ ਫਿਰ ਉਹਦਾ ਇੱਕ ਜਿਹੜਾ ਐਕੀਲੋ ਵੀ ਉਸ ਕਹਾਣੀ ਨੂੰ ਸਪੋਰਟ ਕਰ ਰਿਹਾ ਬਾਕੀ ਗੱਲਾਂ ਤਾਂ ਫਿਰ ਉਹ ਦੱਸਦਾ ਜਣੀ ਸ਼ੁਰੂਆਤੀ ਦੌਰ ਚ ਕਿਸੇ ਦਾ ਇਹ ਮਨਸ਼ਾ ਨਹੀਂ ਹੁੰਦਾ ਕਿ ਇਹ ਗੱਲ ਨੂੰ ਫਲਾਇਆ ਜਾਵੇ ਪ੍ਰਚਾਰਿਆ ਜਾਵੇ ਪਰ ਜਦੋਂ ਇਹ ਗੱਲ ਫੈਲ ਜਾਂਦੀ ਹੈ ਤਾਂ ਇਹਦੇ ਚ ਬਹੁਤ ਸਾਰੇ ਕੇਸਾਂ ਚ ਨਿੱਜੀ ਲਾਲਸਾ ਸਾਰਿਆਂ ਚ ਨਹੀਂ ਹੁਣ ਤੱਕ ਜਿਹੜੇ ਤਰਕਸ਼ੀ ਸੁਸਾਇਟੀ ਕੋਲੇ ਕੇਸ ਆਏ ਆ ਉਹ ਚ ਦੋ ਕੇਸ ਅਜਿਹੇ ਵਾਪਰੇ ਆ ਜਿਨ੍ਹਾਂ ਦੇ ਵਿੱਚ ਪਿਛਲੇ ਜਨਮ ਵਾਲਾ ਪਰਿਵਾਰ ਹੋਣ ਵਾਲੇ ਪਰਿਵਾਰ ਨਾਲੋਂ ਗਰੀਬ ਹੈ ਜੀ ਨਹੀਂ ਹਮੇਸ਼ਾ ਇਹੀ ਹੁੰਦਾ ਕਿ ਅਮੀਰ ਸੀ ਜਿਹਦੇ ਚ ਮੈਂ ਇੱਕ ਕੇਸ ਦੀ ਛੋਟੀ ਜੀ ਧਾਰਨ ਦੇਣੀ ਚਾਹੂੰਗਾ ਕਿ ਸਿੱਖ ਵਾਲਾ ਹੈਕਾਟ ਕਪੂਰੇ ਕੋਲੇ ਉੱਥੇ ਬੱਚੇ ਦਾ ਜਨਮ ਹੁੰਦਾ ਪਿਛਲਾ ਜਨਮ ਸਰੀਏ ਵਾਲੇ ਦਾ ਦੱਸਦਾ ਉਹਦੀਆਂ ਦੋਨੇ ਲੱਤਾਂ ਮਰੀਆਂ ਹੋਈਆਂ ਉਹ ਡਾਕਟਰ ਕੋਲੇ ਪੋਲੀਓ ਦੇ ਇਲਾਜ ਲਈ ਐਡਮਿਟ ਹੈ ਹੁਣ ਇਹ ਸਾਰੀ ਗੱਲਬਾਤ ਡਿਵੈਲਪ ਹੋਈ ਉਹਦੇ ਚ ਲੱਭਿਆ ਇਹ ਵੀ ਭਾਈ ਸਰੀਏ ਵਾਲੇ ਦੀਆਂ ਦੋ ਲੜਕੀਆਂ ਸਿੱਖ ਵਾਲੇ ਵਿਆਈਆਂ ਹੋਈਆਂ ਉਹ ਆਦਾਨ ਪ੍ਰਦਾਨ ਹੁੰਦਾ ਰਿਹਾ ਉਹਨਾਂ ਨੇ ਦੱਸਿਆ ਕਿ ਐ ਐ ਹੋਇਆ ਗੱਲ ਕੀ ਸੀ ਉਹ ਆਪਦਾ ਪਿਛਲਾ ਜਨਮ ਦੱਸਦਾ ਪਿਛਲੇ ਜਨਮ ਚ ਉਹ ਦੱਸਦਾ ਵੀ ਮੇਰੀਆਂ ਦਾ ਲੱਤਾਂ ਤੋਂ ਦੀ ਟਰੈਕਟਰ ਲੰਘ ਗਿਆ ਸੀ ਇਸੇ ਕਰਕੇ ਮੇਰੀਆਂ ਹੁਣ ਵਾਲੀਆਂ ਲੱਤਾਂ ਨੇ ਜਿਹੜੀਆਂ ਇਹ ਮਰੀਆਂ ਹੋਈਆਂ ਨੇ ਇਹਨਾਂ ਦਾ ਹੁਣ ਤਾਂ ਇਲਾਜ ਕਰਾਉਣਾ ਪੈ ਰਿਹਾ ਉਹ ਨਾਂ ਵੀ ਦੱਸਦਾ ਜਾਨੀ ਉਹ ਇੱਕ ਕੇਸ ਹੋਇਆ ਨਹੀਂ ਤਾਂ इमोਸ਼ਨਲੀ ਪਰਿਵਾਰ ਜੁੜ ਜਾਂਦੇ ਆ ਉਹ ਇੱਕੋ ਹੀ ਕੇਸ ਹੋਇਆ ਜਿਹਦੇ ਚ ਪਿਛਲੇ ਜਨਮ ਵਾਲੇ ਮਾਪਿਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਰਿਸਪਾਂਸ ਨਹੀਂ ਦਿੱਤਾ ਉਹ ਕਾਰਨ ਵੀ ਕੀ ਸੀ ਕਿ ਬੱਚਾ ਉਲੀਏ ਦੇ ਇਲਾਜ ਲਈ ਐਡਮਿਟ ਸੀ ਉਹਦੀ ਸਰਜਰੀ ਦਾ 20-30 ਹਜ਼ਾਰ ਖਰਚਾ ਉਸ ਵੇਲੇ ਹੋਣਾ ਸੀ ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਆ ਤਾਂ ਉਹਨਾਂ ਨੇ ਉਹ ਜੋ ਸਾਨੂੰ ਦੱਸਿਆ ਪਿਛਲੇ ਜਨਮ ਵਾਲਿਆਂ ਨੇ ਉਹ ਕਹਿੰਦੇ ਜੀ ਆਏ ਸੀ ਸਾਡੇ ਕੋਲੇ ਸਾਡੇ ਘਰ ਦੀਆਂ 2-3 ਗੱਲਾਂ ਦਾ ਦੱਸਿਆ ਉਹਨਾਂ ਨੇ ਪਰ ਨਾਲ ਉਹ ਐਂ ਕਹਿੰਦੇ ਸੀ ਵੀ ਜੀ ਦੇਖੋ ਸਾਡੇ ਦਾ ਸਿਰ ਪੈ ਗਈ ਹੁਣ ਅਸੀਂ ਤਾਂ ਇਲਾਜ ਕਰਾਵਾਂਗੇ ਉਹ ਇਹਦਾ ਪਿਛਲਾ ਪਰਿਵਾਰ ਤਾਂ ਤੁਸੀਂ ਉਹ ਉਹਦੇ ਬੱਚੇ ਵੱਡੇ ਵੱਡੇ ਹੋਏ ਹੋਏ ਸੀਗੇ ਵੀ ਹੁਣ ਸਾਨੂੰ ਲੱਗਦਾ ਵੀ ਆਪਾਂ ਇਹਨੂੰ ਰਲ ਮਿਲ ਕੇ ਨਾ ਕਰ ਲਈਏ ਜਾਨੀ ਜਿੱਦੇ ਚ ਇਹ ਗੱਲ ਸ਼ੋਅ ਹੁੰਦੀ ਹੈ ਐ ਇੱਕ ਕੇਸ ਮੋਗੇ ਜ਼ਿਲ੍ਹੇ ਦਾ ਹਿੰਮਤਪੁਰੇ ਪਿੰਡ ਦਾ ਤੇ ਬਰਨਾਲੇ ਜ਼ਿਲ੍ਹੇ ਦੇ ਮੋੜਪਿੰਡ ਦਾ ਹੋਇਆ ਸੀ ਕਿ ਇੱਕ ਬੱਚੀ ਜਿਹੜੀ ਪੁਨਰਜਨਮ ਦੱਸਦੀ ਹੈ ਹੋਇਆ ਕੀ ਕਿ ਉਹਦੀ ਮਾਸੀ ਦੀ ਮੌਤ ਹੋ ਜਾਂਦੀ ਹੈ ਜੀ ਹੁਣ ਉਸ ਮਾਸੀ ਦੀ ਮੌਤ ਹੋ ਜਾਂਦੀ ਹੈ ਉਹ ਦੂਜੇ ਪਰਿਵਾਰ ਚ ਅਣਮਣ ਹੋ ਜਾਂਦੀ ਉਹ ਕਹਿਣ ਲੱਗ ਜਾਂਦੀ ਵੀ ਮੈਂ ਤਾਂ ਉਹ ਹਾਂ ਵੀ ਤਾਂ ਕਿ ਉਸ ਪਰਿਵਾਰ ਨੂੰ ਉਹ ਬੱਚੀ ਮਿਲ ਜੇ ਜਣੀ ਬਹੁਤ ਨੇੜੇ ਜਣੀ ਜਿਹਦੇ ਚੋ ਕੀ ਹੈ ਕਿ ਇਹ ਗੱਲਾਂ ਕੁਝ ਲਾਲਟ ਵਾਲੀਆਂ ਵੀ ਹੈ ਜਦੋਂ ਕਹਾਣੀ ਵੱਡੀ ਹੁੰਦੀ ਹੈ ਜਾਂ ਕਹਾਣੀ ਨੂੰ ਜਦੋਂ ਵੱਡਾ ਕੀਤਾ ਜਾਂਦਾ ਹੈ ਦੋਈ ਗੱਲਾਂ ਹੁੰਦੀਆਂ ਵੀ ਇੱਕ ਤਾਂ ਕਹਾਣੀ ਦੀ ਰਿਐਲਿਟੀ ਜਾਣਣੀ ਉਹ ਤੋਂ ਬਾਅਦ ਛੜਤੀ ਇੱਕ ਹੁੰਦਾ ਕਿ ਉਹਨੂੰ ਆਪ ਰਿਪੀਟ ਕਰਨਾ ਤਾਂ ਕਿ ਉਹਦੇ ਵਿੱਚੋਂ ਕੁਝ ਲੱਭੇ ਉਹ ਲੱਭਣ ਵਾਲੀ ਗੱਲ ਉੱਥੀ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਣੀ ਹੁਣ ਤੱਕ ਜੇ ਸੋਸਾਇਟੀ ਨੇ 50 ਕੇਸ ਸੋਲਵ ਕੀਤੇ ਆ ਤਾਂ ਉਹਦੇ ਚੋਂ 48 ਕੇਸ ਉਹ ਸੀ ਕਿ ਪਿਛਲੇ ਜਨਮ ਵਾਲਾ ਪਰਿਵਾਰ ਅਮੀਰ ਸੀ ਉਹ ਫਿਰ ਗਿਫਟ ਦਿੰਦੇ ਆ ਹੋਰ ਕਰਦੇ ਆ ਬੱਚੇ ਨੂੰ ਹੱਲਾਸ਼ੇਰੀ ਮਿਲਦੀ ਆ ਬੱਚਾ ਜਿੱਦ ਕਰਦਾ ਅੜਦਾ ਵੀ ਆ ਜਣੀ ਇਹਦੇ ਚ ਇੱਕ ਗੱਲ ਹੋਰ ਵੀ ਆ ਕਿ ਜਦੋਂ ਬੱਚਾ ਪੁਨਰਜਨਮ ਦੀਆਂ ਗੱਲਾਂ ਕਰਦਾ ਕਿਉਂ ਰੈਕਟਿਵ ਹੋਇਆ ਹੁੰਦਾ ਉਹ ਡੀ ਅਟੈਚਡ ਹੋਇਆ ਹੁੰਦਾ ਜੇ ਉਹਨੂੰ ਕੋਈ ਰੋਕੂਗਾ ਔਰ ਜिद ਕਰਦਾ ਤੇ ਸਾਰਿਆਂ ਨੂੰ ਐ ਲੱਗਦਾ ਵੀ ਯਾਰ ਆਪਾਂ ਜਦੋਂ ਇੰਨੀ ਜिद ਕਰੀ ਜਾਂਦਾ ਫਿਰ ਆਪਾਂ ਇਹਨੂੰ ਉੱਥੇ ਲੈ ਜੋਖਾਂ ਆਪਾਂ ਇਹਦੀ ਪੜਤਾਲ ਕਰੋ ਖਾਂ ਸੋ ਇਹਨਾਂ ਗੱਲਾਂ ਨਾਲ ਇਹ ਗੱਲਾਂ ਜਦੋਂ ਸਾਰੀਆਂ ਸਾਹਮਣੇ ਆ ਜਾਂਦੀਆਂ ਤਾਂ ਇੱਕ ਗੱਲ ਬੜੀ ਸਾਫ਼ ਹੋ ਜਾਂਦੀ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ ਇਹ ਬੱਚੇ ਦੀ ਇੱਕ ਵਿਸ਼ੇਸ਼ ਮਾਨਸਿਕ ਅਵਸਥਾ ਹੈ ਜਿਹੜੀ ਅਵਸਥਾ 'ਚ ਕੋਈ ਵੀ ਬੱਚਾ ਉਹ ਤੁਹਾਡਾ ਬੱਚਾ ਵੀ ਕਰ ਸਕਦਾ ਉਹ ਮੇਰਾ ਬੱਚਾ ਵੀ ਕਰ ਸਕਦਾ ਉੱਚ ਬੱਚੇ ਦਾ ਕੋਈ ਕਸੂਰ ਨਹੀਂ ਕਸੂਰ ਤਾਂ ਉਦੋਂ ਹੁੰਦਾ ਜਦੋਂ ਉਸ ਕਹਾਣੀ ਨੂੰ ਸਹੀ ਉਹਦਾ ਅਨਲਿਸਿਸ ਨਹੀਂ ਹੁੰਦਾ ਸਹੀ ਫੁੱਲ ਫੱਲੀ ਨਹੀਂ ਹੁੰਦੀ ਜਿਹਦੇ ਕਰਕੇ ਕੀ ਹੁੰਦਾ ਫਿਰ ਉਹ ਪ੍ਰਚਾਰ ਹੁੰਦਾ ਹੈ ਹੋਰ ਹੁੰਦਾ ਇਹਦੇ ਪਿੱਛੇ ਦਾ ਤਰਕਸ਼ੀਲ ਸੁਸਾਇਟੀ ਨੇ ਤਾਂ ਇਸ ਗੱਲ ਨੂੰ ਵੀ ਬਹੁਤ ਸਟਰੋਂਗਲੀ ਪ੍ਰੋਜੈਕਟ ਕੀਤਾ ਵੀ ਜੋ ਕੁਝ ਸਾਡੇ ਸਮਾਜ ਦੇ ਅੰਦਰ ਜੋ ਧਾਰਨਾਵਾਂ ਚੱਲਦੀਆਂ ਇਹ ਮੰਨ ਵੀ ਲਈਏ ਕਿ ਪੁਨਰਜਨਮ ਹੁੰਦਾ ਤਾਂ ਸਾਡੇ ਸਮਾਜ ਦੇ ਅੰਦਰ ਇੱਕ ਗੱਲ ਤਾਂ ਚੱਲਦੀ ਹੈ ਨਾ ਵੀ 84 ਲੱਖ ਜੂਨਾ ਚ ਜਾ ਜਾ ਕੇ ਫਿਰ ਕਿਤੇ ਜਾ ਕੇ ਮਨੁੱਖਾ ਜਨਮ ਮਿਲਦਾ ਜੀ ਪਰ ਹੁਣ ਜੋ ਸੁਸਾਇਟੀ ਨੇ ਸਾਰੀ ਗੱਲਬਾਤ ਫਰੋਲੀ ਹੈ ਵੀ ਅਜਿਹੇ ਕਿਹੜੇ ਕਰਮ ਹੈ ਵੀ ਜੇ ਉਹ ਮਨੁੱਖ ਕਰੇ ਵੀ ਉਹਨੂੰ ਜਿਹੜੀਆਂ 83,99,999 ਜੂਨਾ ਉਹਨਾਂ ਦਾ ਕੱਟ ਮਾਰ ਕੇ ਸਿੱਧਾ ਹੀ ਜਨਮ ਚ ਚਲਾ ਜਾਵੇ ਹੁਣ ਇਹੋ ਜਿਹਾ ਕੋਈ ਸਬੂਤ ਨਹੀਂ ਮਿਲਦਾ ਜੇ ਆਪਾਂ ਐ ਵੀ ਲਾ ਲਈਏ ਵੀ ਇੰਨੀਆਂ ਜੂਨਾ ਇੰਨੀਆਂ ਜੂਨਾ ਦੇ ਤਾਂ ਐ ਵੀ ਲੈਣਾ ਹੋਵੇ ਵੀ ਇਹਦੇ ਚ ਪੈ ਗਿਆ ਇਹਦੇ ਚ ਪੈ ਗਿਆ ਇਹਦੇ ਚ ਪੈ ਗਿਆ ਫੇਰ ਵੀ ਕਿੰਨਾ ਸਮਾਂ ਚਾਹੀਦਾ ਉਹਦੀ ਗਿਣਤੀ ਕਰਨ ਵਾਸਤੇ ਵੀ ਇੱਕ ਪਾਸੇ ਇਹ ਵੀ ਚੱਲਦਾ ਸਾਡੇ ਸਮਾਜ ਦੇ ਅੰਦਰ ਦੂਜਾ ਕੀ ਚੱਲਦਾ ਦੂਜਾ ਇਹ ਵੀ ਚੱਲਦਾ ਵੀ ਜਨਮ ਜਨਮ ਵਾਲੀ ਕੀ ਗੱਲ ਹੈ ਇਹ ਤਾਂ ਬੰਦਾ ਜਦੋਂ ਮਰ ਜਾਂਦਾ ਉਹਦੀ ਆਤਮਾ ਧਰਮ ਰਾਜ ਕੋਲੇ ਜਾਵੜਦੀ ਹੈ ਕਰਮ ਚੰਗੇ ਹੁਣ ਸੁਰਗਾ ਚ ਰਹਿਣ ਲੱਗ ਜਾਂਦਾ ਮਾੜੇ ਹੁਣ ਨਰਕਾ ਚ ਸਿੱਟ ਦਿੰਦਾ ਹੁਣ ਇਹ ਵੀ ਚੱਲਦਾ ਜਾਨੀ ਇਹਨਾਂ ਇਸ ਹਿਸਾਬ ਨਾਲ ਵੀ ਉਹ ਗੱਲ ਕਿਤੇ ਵੀ ਫਿੱਟ ਨਹੀਂ ਆਉਂਦੀ ਇੱਕ ਗੱਲ ਹੋਰ ਜਿਹੜੀ ਬਹੁਤ ਵੱਡੀ ਹੈ ਜਦੋਂ ਤਰਕਸ਼ੀਲ ਸੁਸਾਇਟੀ ਇਹਨਾਂ ਕੇਸਾਂ ਦੀ ਬਹੁਤ ਬਰੀਕੀ ਨਾਲ ਗੰਭੀਰਤਾ ਨਾਲ ਜਦੋਂ ਪੜਤਾਲ ਕਰਦੀ ਹੈ ਤਾਂ ਕੁਝ ਕੇਸਾਂ 'ਚ ਇਹ ਵੀ ਪਾਇਆ ਗਿਆ ਕਿ ਜਿਹੜਾ ਬੱਚਾ ਹੋਣ ਵਾਲਾ ਬੱਚਾ ਜਨਮ ਵਾਲਾ ਪਿਛਲੇ ਜਨਮ ਦੀਆਂ ਗੱਲਾਂ ਕਰਦਾ ਪਿਛਲੇ ਜਨਮ ਬਾਰੇ ਦੱਸਦਾ ਵੀ ਮੈਂ ਕੌਣ ਸੀ ਕੀ ਸੀ ਇਹ ਵੀ ਪਾਇਆ ਗਿਆ ਕਿ ਜਦੋਂ ਅਸੀਂ ਹੋਣ ਵਾਲੇ ਬੱਚੇ ਦਾ ਬਰਥ ਸਰਟੀਫਿਕੇਟ ਜਨਮ ਪੱਤਰੀ ਉਹ ਲਈ ਤੇ ਮਰਨ ਵਾਲੇ ਦਾ ਡੈਥ ਸਰਟੀਫਿਕੇਟ ਮੌਤ ਦਾ ਸਰਟੀਫਿਕੇਟ ਲਿਆ ਤਾ ਇਸ ਗੱਲ ਦੇ ਵੀ ਸਬੂਤ ਮਿਲੇ ਕਿ ਮਰਨ ਵਾਲਾ ਹਜੇ ਮਰਿਆ ਨਹੀਂ ਸੀ ਇਹ ਬੱਚੇ ਦਾ ਜਨਮ ਉਹ ਤੋਂ ਮਹੀਨਾ 2 ਮਹੀਨੇ 4 ਮਹੀਨੇ ਪਹਿਲਾਂ ਦਾ ਹੋਇਆ ਹੋਇਆ ਇਸ ਗੱਲ ਦੇ باوجود ਵੀ ਉਹ ਇਸ ਗੱਲ 'ਚ ਪੈ ਜਾਂਦੇ ਆ ਕਿਉਂਕਿ ਧਾਰਨਾਵਾਂ ਬਣੀਆਂ ਕਿ ਪੁਨਰ ਜਨਮ ਹੋਇਆ ਅਸੀਂ ਜਦੋਂ ਫਿਰ ਸਰਟੀਫਿਕੇਟ ਮੂਹਰੇ ਲਿਆ ਕੇ ਰੱਖੇ ਤਾਂ ਜਾ ਕੇ ਕਿਤੇ ਉਹ ਪਰਿਵਾਰ ਆ ਜਿਹੜਾ ਉਹ ਇਸ ਗੱਲ ਨੂੰ ਮੰਨਣ ਤੋਂ ਹਟਦਾ ਕਹਿ ਲੋ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਉਹਦੇ ਮਨ 'ਚ ਆਉਂਦੀਆਂ ਸੋ ਇਹ ਬਹੁਤ ਸਾਰੀਆਂ ਕਾਮਨ ਗੱਲਾਂ ਜਿਹੜੀਆਂ ਇਹਨਾਂ ਪਾਇਆ ਜਾਂਦਾ ਇਹਦਾ ਬੇਸਿਕ ਕਾਰਨ ਸਾਨੂੰ ਦੱਸੀ ਦਿੰਦਾ ਕਿ ਸਾਡੇ ਉਹ ਧਾਰਨਾਵਾਂ ਨੇ ਜਿਹੜੀਆਂ ਪੁਨਰਜਨਮ ਸੰਬੰਧੀ ਚੱਲਦੀਆਂ ਇਹਨਾਂ ਧਾਰਨਾਵਾਂ ਨੂੰ ਪੱਕਿਆ ਕਰ ਲਈ ਹੁਣ ਭਾਵੇਂ ਉਹ ਗੱਲ ਹਟ ਗਈ ਹੈ ਮੈਨੂੰ ਯਾਦ ਅੱਜ ਜਦੋਂ ਛੋਟੇ ਹੁੰਦੇ ਸੀ ਤੁਹਾਡੇ ਵੀ ਯਾਦ ਹੋਊਗਾ ਕਿ ਜਦੋਂ ਕੋਈ ਮਰ ਜਾਂਦਾ ਸੀ ਨਾ ਜਦੋਂ ਉਹਨੂੰ ਜਿੱਥੇ ਨਮਾਉਂਦੇ ਸੀ ਸੰਸਕਾਰ ਕਰਨ ਤੋਂ ਪਹਿਲਾਂ ਉੱਥੇ ਬਾਅਦ ਵਿੱਚ ਸਵਾਹ ਵਿਛਾ ਕੇ ਉੱਤੇ ਤਸਲਾ ਮੱਠਲ ਮੂਦਾ ਮਾਰ ਦਿੰਦੇ ਸੀ ਤਾਂ ਕਿ ਪਤਾ ਲੱਗ ਜੇ ਕਿ ਮਰਨ ਵਾਲਾ ਕਿਹੜੀ ਜੁਨ ਪਿਆ ਉਹ ਜਿੰਨੀਆਂ ਗੱਲਾਂ ਦੇਖੀਆਂ ਉਸ ਵੇਲੇ ਹੁਣ ਤਾਂ ਉਹ ਬਹੁਤ ਘਟ ਗਿਆ ਜਾਂ ਜਿੱਥੇ ਬਹੁਤ ਘਟ ਕਰਦੇ ਆ ਹੁਣ ਉਹ ਹੀ ਜੀ ਗੱਲ ਨਹੀਂ ਜਿੰਨੇ ਕੇਸਾਂ 'ਚ ਜਾ ਕੇ ਪਤਾ ਨਹੀਂ ਮਨ ਦੇ ਵਿੱਚ ਉਦੋਂ ਵੀ ਕ੍ਰਿਓਸਟੀ ਹੁੰਦੀ ਸੀ ਜਦੋਂ ਜਾ ਕੇ ਸਵੇਰ ਨੂੰ ਪੁੱਛਣਾ ਤਾਂ ਉਹਨਾਂ ਨੇ ਕਹਿਣਾ ਵੀ ਬੱਚੇ ਦੀ ਪੈੜ ਆਈ ਉਹ ਤਾਂ ਮਨੁੱਖ ਦੇ ਜਨਮ 'ਚ ਹੀ ਪੈ ਗਿਆ ਇਹ ਗੱਲ ਇਸ ਕਰਕੇ ਤਾਂ ਠੀਕ ਆ ਵੀ ਜਿਹੜਾ ਦੁਖੀ ਪਰਿਵਾਰ ਆ ਉਹਨੂੰ ਉਸ ਦੁੱਖ ਚੋਂ ਕੱਢਣ ਲਈ ਵੀ ਭਾਈ ਰੋਣਾ ਕਰਲਾਉਣਾ ਬੰਦ ਕਰੋ ਬੱਚਾ ਤਾਂ ਹੁਣ ਬੱਚੇ ਦੀ ਜੂਨ ਤਾਂ ਪਹਿ ਗਿਆ ਇੰਨੀ ਚੰਗੀ ਜੂਨ ਤਾਂ ਮਿਲਦੀ ਨਹੀਂ ਕਿਸੇ ਹੋਰ ਪੜੀ ਜੂਨ ਨਹੀਂ ਪਿਆ ਉਹ ਯਾਨੀ ਉਹਦੇ ਚੋਂ ਕੱਢਣ ਲਈ ਤਾਂ ਠੀਕ ਆ ਪਰ ਉਸ ਧਾਰਨਾਵਾਂ ਨੇ ਪੁਨਰਜਨਮ ਵਾਲੀਆਂ ਗੱਲਾਂ ਨੇ ਜਿਹੜੀਆਂ ਇਹ ਸਾਡੇ ਸਮਾਜ ਦੇ ਲੜ ਪੱਕੇ ਤੌਰ ਤੇ ਬਨਤੀ ਤੇਜਿੰਦਰ ਜੀ ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕੀਤੀ ਕਿ 37 ਸਾਲ ਦੇ ਤਜਰਬੇ ਦੇ ਵਿੱਚ ਸੋਸਾਇਟੀ ਨੇ ਦੇਖਿਆ ਕੇ ਪੁਨਰਜਨਮ ਜਿਹੜੀ ਕਥਾ ਹੈਗੀ ਆ ਇਹ ਬਿਲਕੁਲ ਝੂਠੀ ਆ ਤੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜੀ ਤੇ ਤਰਕਸ਼ੀਲ ਸੁਸਾਇਟੀ ਇਸ ਨੂੰ ਲੈ ਕੇ ਚੈਲੰਜ ਵੀ ਕਰਦੀ ਆ ਜੀ ਵੀ ਜੇਕਰ ਕੋਈ ਇਸ ਨੂੰ ਸਿੱਧ ਕਰ ਦੇਵੇ ਤਾਂ ਅਸੀਂ 5 ਲੱਖ ਦਾ ਇਨਾਮ ਦੇਵਾਂਗੇ ਜੀ ਉਹ ਇਨਾਮ ਦੀ ਗੱਲਬਾਤ ਕੀਤੀ ਆ ਦੇਖੋ ਇਨਾਮ ਦੀ ਗੱਲਬਾਤ ਇਹ ਹੈ ਵੀ ਤਰਕਸ਼ੀਲ ਸੁਸਾਇਟੀ ਨੇ ਜਿਹੜਾ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ ਉਹ ਉਹਨਾਂ ਸਾਰਿਆਂ ਵਾਸਤੇ ਹੈ ਜਿਹੜੇ ਕੋਈ ਕਰਾਮਾਤੀ ਸ਼ਕਤੀ ਦਿਖਾ ਸਕਦੇ ਆ ਜਿਹਦੇ ਪਿੱਛੇ ਵਿਗਿਆਨ ਨਾ ਕੰਮ ਕਰਦਾ ਹੋਵੇ ਜਿਹਦੇ ਪਿੱਛੇ ਕੋਈ ਦਾਵੀ ਤੰਤਰਿਕ ਵਿਦਿਆ ਕੋ ਜੋਤਿਸ਼ ਵਿਦਿਆ ਕੋਈ ਅਜਿਹੀ ਸ਼ਕਤੀ ਜਾਂ ਅਧਿਕ ਸ਼ਕਤੀ ਕੰਮ ਕਰਦੀ ਹੋਵੇ ਵੀ ਜੇ ਉਹ ਆਪਦੀ ਕਰਾਮਾਤ ਸਿੱਧ ਕਰ ਦੇ ਦੋ ਗੱਲਾਂ ਉਹਦੇ 'ਚ ਵੀ ਜੇ ਉਹ ਕਹਿੰਦਾ ਕਿ ਮੈਂ ਵੀ ਤੁਹਾਡਾ 5 ਲੱਖ ਦਾ ਇਨਾਮ ਜਿੱਤਣਾ ਤਾਂ ਫੇਰ ਉਹਨੂੰ ਸਿਕਿਉਰਿਟੀ ਜਮ੍ਹਾਂ ਕਰਾਉਣੀ ਪੈਂਦੀ ਆ ਉਹ ਇਸ ਵਾਸਤੇ ਕਿ ਜਿਹੜੀ ਉਹ ਖੋਜ ਪੜਤਾਲ ਤੇ ਖਰਚਾ ਹੋਊਗਾ ਉਹ ਹਾਰਨ ਵਾਲੀ ਧਿਰ ਦਾ ਹੋਊਗਾ ਜੀ ਉਹ ਤੋਂ ਮੰਨ ਲਓ ਨੇ ਸਿਕਿਉਰਿਟੀ 10000 ਜਮ੍ਹਾਂ ਕਰਾਈ ਆਪਾਂ ਉਹਦੇ ਖਾਤਰ ਖੋਜ ਪੜਤਾਲ ਕੀਤੀ ਜਿੰਨਾ ਸਬੰਧਤ ਥਾਵਾਂ ਤੇ ਜਾਣਾ ਪਿਆ ਉਸ ਖੋਜ ਪੜਤਾਲ ਕਰਨ ਵਾਸਤੇ ਆਪਾਂ ਨੂੰ ਕੋਈ ਪ੍ਰਬੰਧ ਕਰਨੇ ਪਏ ਸਟੇਜ ਲਾਉਣੇ ਪਈ ਹਾਲ ਬੁੱਕ ਉਹ ਸਾਰੇ ਖਰਚੇ ਉਹਦੇ ਲਈ ਕੀਤੇ ਜਾਂਦੇ ਆ ਜੇ ਉਹ ਵਿਅਕਤੀ ਜਿਹੜਾ 5 ਲੱਖ ਦਾ ਨਾਮ ਜਿੱਤਣਾ ਚਾਹੁੰਦਾ ਜਿਨੇ 10000 ਰੁਪਇਆ ਜਮ੍ਹਾਂ ਕਰਵਾਇਆ ਜਿਹਨੂੰ ਅਸੀਂ ਸਿਕਿਉਰਿਟੀ ਦਾ ਨਾਮ ਦਿੰਨੇ ਆ ਜੇ ਉਹ ਵਿਅਕਤੀ ਆਪਦੀ ਕਰਾਮਾਤ ਕਹਿ ਲੋ ਆਪਦਾ ਜੋ ਵੀ ਉਹ ਕਰਕੇ ਦਿਖਾਉਣਾ ਚਾਹੁੰਦਾ ਉਹ ਸਿੱਧ ਕਰ ਜਾਂਦਾ ਤਾਂ ਉਹਨੂੰ ਉਹਦੇ 10000 ਰੁਪਇਆ ਵੀ ਤੇ 5 ਲੱਖ ਵੀ ਉਹਨੂੰ ਦੋਨੇ ਚੀਜ਼ਾਂ ਉਹ ਦੇ ਦਿੱਤੀਆਂ ਜਾਂਦੀਆਂ ਤੇ ਜੇ ਉਹ ਨਹੀਂ ਸਫਲ ਹੋ ਪਾਉਂਦਾ ਆਪਦੀ ਗੱਲ ਸਿੱਧ ਕਰਨ ਚ ਤਾਂ ਫੇਰ ਕੀ ਹੁੰਦਾ ਫੇਰ ਉਹ 10000 ਰੁਪਇਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹ ਹਾਰਨ ਵਾਲੀ ਤਰਦਾ ਹੁੰਦਾ ਹੈ ਹਾਂ ਜੇ ਕੋਈ ਵਿਅਕਤੀ ਸਾਨੂੰ ਇਹ ਕਹਿੰਦਾ ਭਾਵੇਂ ਪੁਨਰਜਨਮ ਵਾਲਾ ਹੋਵੇ ਭਾਵੇਂ ਕੋਈ ਆਪਦੇ ਗੈਬੀ ਸ਼ਕਤੀ ਰਾਂਹੀਂ ਕੋਈ ਹੋਰ ਕੁਝ ਕਰਕੇ ਕੋਈ ਭੂਤ ਪ੍ਰੇਤ ਦਿਖਾਉਣੀ ਚਾਹੁੰਦਾ ਹੋਵੇ ਕੋਈ ਹੋਰ ਆਵਦੀ ਜੋਤਿਸ਼ ਵਿਦਿਆ ਰਾਂਹੀਂ ਕੋਈ ਸੱਚੀਆਂ ਗੱਲਾਂ ਦੱਸ ਸਕਦਾ ਹੋਵੇ ਜੇ ਉਹਨੇ ਇਨਾਮ ਨਹੀਂ ਜਿੱਤਣਾ ਉਹ ਚਾਹੁੰਦਾ ਵੀ ਯਾਰ ਇਸ ਗੱਲ ਦਾ ਤੁਸੀਂ ਸਹੀ ਨਿਰਣਾ ਕਰਕੇ ਦਿਓ ਨਿਰਪੱਖ ਨਿਰਣਾ ਕਰਕੇ ਦਿਓ ਲੋਕਾਂ ਨੂੰ ਸਚਾਈ ਦੱਸੋ ਫਿਰ ਅਸੀਂ ਖੋਜ ਪੜਤਾਲ ਦਾ ਕੁਝ ਨਹੀਂ ਲੈਂਦੇ ਪਰ ਉਹਦੇ ਤੇ ਉਹ ਇਨਾਮ ਵਾਲੀ ਰਾਸ਼ੀ ਹੈ ਜਿਹੜੀ ਫਿਰ ਉਹ ਨਹੀਂ ਮਿਲਦੀ ਅਸੀਂ ਉਹਦਾ ਨਿਰਣਾ ਜਿਹੜਾ ਕਰਕੇ ਦੇਵਾਂਗੇ ਫਿਰ ਸੁਸਾਇਟੀ ਆਪਣੇ ਤੌਰ ਤੇ ਦਾ ਸਾਰਾ ਖਰਚਾ ਪ੍ਰਬੰਧ ਦਾ ਜੋ ਵੀ ਕਰਦੀ ਹੈ ਉਹ ਸਿਕਿਉਰਿਟੀ ਸਿਰਫ ਉਹ ਤੋਂ ਲੈਣੇ ਆ ਜਿਹੜਾ ਕੋਈ ਵਿਅਕਤੀ ਇਹ ਕਹਿੰਦਾ ਵੀ ਮੈਂ 5 ਲੱਖ ਜਿੱਤਣਾ ਹੈ ਸੁਸਾਇਟੀ ਨੂੰ ਇਹ ਲੱਗਦਾ ਕਿ ਉਹ ਸਾਡੀ એનર્ਜੀ ਬੇਲੋੜੀ ਵੇਸਟ ਕਰਨੀ ਚਾਹੁੰਦਾ ਹੋ ਸਕਦਾ ਤੇ ਜਦੋਂ ਚਾਹੁੰਦਾ ਹੋ ਸਕਦਾ ਫਿਰ ਜਿਹੜੀ એનર્ਜੀ ਲੱਗੂ ਉਹਦੀ ਉਹਨੂੰ ਕੀਮਤ ਤਾਂ ਉਤਾਰ ਨਹੀਂ ਪਵੇ ਨਾ ਹਾਰਨ ਦੀ ਸੂਰਤ 'ਚ ਉਹ ਇਸ ਕਰਕੇ ਸਿਕਿਉਰਟੀ ਵਾਲੀ ਗੱਲ ਕਹਿ ਲਓ ਜਾਂ ਪੜਤਾਲ ਦੇ ਖਰਚੇ ਕਹਿ ਲਓ ਉਹਦੇ ਵਾਸਤੇ ਉਹ ਰਾਸ਼ੀ ਹੈ ਜਿਹੜੀ ਉਹ ਰੱਖੀ ਹੋਈ ਹੈ ਜਿਹਦੇ ਚੋ ਕੀ ਹੈ ਕਿ ਸੋਸਾਇਟੀ ਨੇ ਬਕਾਇਦਾ ਪਹਿਲਾਂ ਹੋਈਆਂ ਜਿਵੇਂ ਸ਼ਾਇਦ ਤੁਹਾਡੇ ਧਿਆਨ 'ਚੋਂ ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਵੀ ਧਿਆਨ 'ਚ ਵੀ ਅੱਖਾਂ ਤੇ ਪੱਟੀ ਬੰਨ੍ਹਣ ਵਾਲਾ ਇੱਥੇ ਡਰਾਮਾ ਰਚਿਆ ਗਿਆ ਸੀ ਕਿ ਬੱਚਾ ਅੱਖਾਂ ਤੇ ਪੱਟੀ ਬੰਨ੍ਹ ਕੇ ਸੁੰਘ ਕੇ ਪੜ ਸਕਦਾ ਉਹਦੀ ਬਕਾਇਦਾ ਰਿਟਰਨ 'ਚ ਸ਼ਰਤ ਲੱਗੀ ਉਹ ਸ਼ਰਤ ਫਿਰ ਰਿਟਰਨ 'ਚ ਹੁੰਦੀ ਹੈ ਪੰਚਾਇਤ ਕਹਿ ਲਓ ਅਥਾਰਟੀ ਕਹਿ ਲਓ ਉਹਦੀ ਹਾਜ਼ਰੀ 'ਚ ਹੁੰਦੀ ਹੈ ਉਹਦੀ ਇੱਕ ਜੱਜਮੈਂਟ ਕਮੇਟੀ ਵੀ ਬਣਦੀ ਹੈ ਤਾਂ ਕਿ ਉਹ ਜੱਜਮੈਂਟ ਕਮੇਟੀ ਦੱਸੇ ਜਿਵੇਂ ਇਹਦੇ 'ਚ ਅੱਖਾਂ ਤੇ ਪੱਟੀ ਬੰਨਣ ਵਾਲੇ 'ਚ ਉਹਦਾ ਟੈਸਟ ਦਾ ਸਥਾਨ ਸੀ ਦੇਸ਼ ਭਗ ਯਾਦਗਾਰ ਹਾਲ ਸੀ ਦੇਸ਼ ਭਗਤ ਯਾਦਗਾਰ ਹਾਲ ਦੇ ਜਿਹੜੇ ਟਰਸਟੀ ਆ ਨਿਰਪੱਖ ਉਹਨਾਂ ਦੀ ਇੱਕ ਕਮੇਟੀ ਬਣੀ ਸੀ ਜਿਨ੍ਹਾਂ ਨੇ ਉਹ ਦੱਸਣਾ ਸੀ ਕਿ ਬੱਚਾ ਪੜ ਸਕਦਾ ਜਾਂ ਪੜ ਲਿਆ ਉਹਨੂੰ ਅਸੀਂ ਲਿਖਤਾਂ ਦਿੱਤੀਆਂ ਉਹ ਨਹੀਂ ਪੜ ਸਕਿਆ ਤਾਂ ਫਿਰ ਉਹ ਹਾਲ ਦੀ ਬੁਕਿੰਗ ਉੱਥੇ ਆਏ ਲੋਕਾਂ ਨੂੰ ਚਾਹ ਪਾਣੀ ਦਾ ਪ੍ਰਬੰਧ ਸੀ ਉਹ ਤਾਂ ਫਿਰ ਹਾਰਨ ਵਾਲੀ ਧਿਰ ਦਾ ਹੁੰਦਾ ਯਾਨੀ ਮੈਂ ਇਸ ਗੱਲ ਨੂੰ ਵਿਸਥਾਰ ਚ ਇਸ ਕਰਕੇ ਦੱਸਿਆ ਕਿ ਕਿਸੇ ਨੂੰ ਐਂ ਭੁਲੇਖਾ ਪੈ ਸਕਦਾ ਵੀ ਇਹ ਤਾਂ ਵੀ ਕਹਿੰਦੇ ਪਹਿਲਾਂ 10000 ਦਿਓ ਅਸੀਂ 10000 ਨਹੀਂ ਮੰਗਦੇ ਕਿਸੇ ਤੋਂ ਇਹ ਉਹ ਤੋਂ ਮੰਗਦੇ ਆ ਜੇ ਕੋਈ 5 ਲੱਖ ਜਿੱਤ ਨਾ ਜਾਉਂਦਾ ਇਹ ਉਹਦੇ ਲਈ ਹੈ ਈਵਨ ਜਿਹੜਾ 10000 ਦੀ ਗੱਲ ਹੈਗੀ ਆ ਉਹ ਮੰਗਣ ਵਾਲੀ ਗੱਲ ਨਹੀਂ ਉਹ ਜ਼ਮਾਨਤ ਰਾਸ਼ੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਲੋਕੀ ਮਸ਼ਹੂਰੀ ਦੇ ਵਾਸਤੇ ਅਖਬਾਰਾਂ ਦੇ ਵਿੱਚ ਆਉਣ ਵਾਸਤੇ ਕਿਉਂਕਿ ਜਦੋਂ ਵੀ ਕੋਈ ਅੱਲਾ ਦੀ ਗੱਲ ਉੱਠਦੀ ਆ ਤਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਲੋਹਾ ਲੋਕਾਂ ਦੇ ਵਿੱਚ ਬੜੀ ਉਹਦੀ ਚੰਬਾ ਬਣਦੀ ਆ ਉਹਦੇ ਵਿੱਚ ਕੁਝ ਬੰਦਿਆਂ ਨੂੰ ਮਸ਼ਹੂਰੀ ਮਿਲਦੀ ਆ ਵੀ ਅਜਿਹੀ ਕੋਈ ਗਲਤ ਮਸ਼ਹੂਰੀ ਨਾ ਲੈ ਜਵੇ ਉਹਨੂੰ ਵੀ ਥੋੜਾ ਜਮਾਨਤ ਦਾ ਡਰ ਰਹੇ ਕਿ ਤੇਰੀ ਜਮਾਨਤ ਜਬਤ ਹੋ ਜਾਏਗੀ ਜੀ ਬਿਲਕੁਲ ਬਿਲਕੁਲ ਉਹਦੇ ਪਿੱਛੇ ਸ਼ਾਇਦ ਇਹ ਵੀ ਕਾਰਨ ਹੋਏਗਾ ਬਿਲਕੁਲ ਬਿਲਕੁਲ ਤੇ ਰਜਿੰਦਰ ਜੀ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੰਜ ਗਰਾਈਆਂ ਦੀ ਲੜਕੀ ਦੀ ਕਹਾਣੀ ਚੱਲ ਰਹੀ ਆ ਜੀ ਬੜੀ ਧੂਮਾ ਚੱਲ ਰਹੀਆਂ ਨੇ ਹਜ਼ਾਰਾਂ ਵਿਊਜ਼ ਆ ਰਹੇ ਨੇ ਉਹਦੇ ਉੱਪਰ ਤੇ ਲੋਕ ਪੁੱਛ ਵੀ ਰਹੇ ਨੇ ਤੇ ਉਹ ਕਹਿੰਦੀ ਵੀ ਮੈਂ ਮੈਂ ਮੇਰਾ ਜਨਮ ਮੇਰਾ ਪੁਨਰ ਜਨਮ ਹੋਇਆ ਜੀ ਉਹਦੇ ਵਿੱਚ ਤਰਕਸ਼ੀਲਾਂ ਦਾ ਨਾਮ ਵੀ ਲਿਆ ਜਾ ਰਿਹਾ ਜੀ ਕਿ ਤਰਕਸ਼ੀਲ ਇੱਕ ਤਰੀਕੇ ਨਾਲ ਤਰਕਸ਼ੀਲਾਂ ਨੂੰ ਕਿਹਾ ਜਾ ਰਿਹਾ ਅਸੀਂ ਚੈਲੰਜ ਕਰਦੇ ਆਂ ਜੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਦੇਖੋ ਜਿੱਥੋਂ ਤੱਕ 5 ਗਰਾਈਆਂ ਵਾਲੇ ਕੇਸ ਦੀ ਗੱਲ ਹੈ ਇਹ ਕੇਸ 11 ਕੁ ਸਾਲ 10 11 ਸਾਲ ਪੁਰਾਣਾ ਹੈ ਉਹ ਬੱਚੀ ਦਾ 8 ਚ ਜਨਮ ਹੁੰਦਾ ਜਿਵੇਂ ਉਹ ਸੋਸ਼ਲ ਮੀਡੀਆ ਤੇ ਦੇਖਿਆ ਤੁਹਾਡੇ ਵਾਂਗੂ 8 ਚ ਜਨਮ ਹੁੰਦਾ ਉਹਨਾਂ ਦੇ ਦੱਸ ਅਨੁਸਾਰ ਆ ਵੀ ਉਹ 2.5 ਸਾਲ ਦੀ ਸੀ ਜਾਂ 3 ਸਾਲ ਦੀ ਸੀ ਇਹਦਾ ਮਤਲਬ 11 ਚ ਉਨੇ ਇਹ ਦੱਸਣਾ ਸ਼ੁਰੂ ਕੀਤਾ ਉਹਨਾਂ ਦਾ ਆਪਸ ਵਿੱਚ ਮਿਲਾਨ ਹੋਇਆ ਤੇ ਉਸ ਗੱਲ ਨੂੰ ਹੁਣ 11 ਸਾਲ ਹੋ ਚੁੱਕੇ ਆ ਬਹੁਤ ਵਧੀਆ ਹੁੰਦਾ ਇਹ ਜੇ ਕਿਤੇ ਇਹ ਗੱਲ ਉਦੋਂ ਹੀ ਤਰਕਸ਼ੀਲ ਸੋਸਾਇਟੀ ਕੋਲੇ ਆ ਜਾਂਦੀ ਪਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹਰੇਕ ਜਿਹਨੇ ਵੀ ਆਪਦਾ ਕੋਈ ਚੈਨਲ ਬਣਾਇਆ ਉਹਨੂੰ ਲੱਗਦਾ ਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਸਨਸਨੀਖੇਜ਼ ਘਟਨਾਵਾਂ ਨੇ ਅਗਰ ਉਹਨਾਂ ਦੀ ਕਵਰੇਜ ਕੀਤੀ ਜਾਵੇ ਤਾਂ ਉਹਨਾਂ ਨੂੰ ਵਿਊ ਬੜੇ ਮਿਲਦੇ ਆ ਉਹਨਾਂ ਦੀ ਆਪਾਂ ਸਬਸਕ੍ਰਿਪਸ਼ਨ ਬੜੀ ਹੋ ਜਾਂਦੀ ਹੈ ਮੈਨੂੰ ਲੱਗਦਾ ਉਸ ਦੌੜ ਦਾ ਸਿੱਟਾ ਉਹ ਇਕੱਲਾ ਹੀ ਨਹੀਂ ਉਹਦੇ ਬਰਾਬਰ ਹੋਰ ਚੱਲੀ ਜਾਂਦਾ ਇੱਕ ਜੋਗੇ ਵਾਲਾ ਬੱਚਾ ਦੱਸੀ ਜਾਂਦਾ ਸਿੱਖੇ ਸੀ ਇੱਕ ਕੋਈ ਹੋਰ ਬੱਚਾ ਹਰਿਆਣੇ ਵਾਲਾ ਦੱਸੀ ਜਾਂਦਾ ਜਿਵੇਂ ਨਾ ਇੱਕ ਤਾਂ ਪੁਨਰਜਨਮ ਦੀ ਗੱਲ ਚੱਲਦੀ ਹੈ ਜਿਵੇਂ ਇਹਨਾਂ ਸਟੋਰੀਆਂ ਦੀ ਪੁਨਰਸਰਜੀਤੀ ਵੀ ਹੋ ਰਹੀ ਹੈ ਇਹਨਾਂ ਦਿਨਾਂ 'ਚ ਖਾਸ ਕਰਕੇ ਜਿਵੇਂ ਜਿਵੇਂ ਅੱਗੇ ਹੁੰਦਾ ਸੀ ਨਾ ਬਗਹਾੜ ਆ ਗਿਆ ਉੱਥੇ ਵੀ ਬਗਹਾੜ ਆ ਗਿਆ ਉੱਥੇ ਵੀ ਬਗਹਾੜ ਆ ਗਿਆ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਜਿਹੜੀ ਕਹਾਣੀ ਚੱਲ ਰਹੀ ਆ ਚਲੋ ਉਹ ਬਗਹਾੜ ਵਾਲੀ ਗੱਲ ਤਾਂ ਥੋੜੀ ਜੀ ਹੁੰਦੀ ਆ ਮਾਨਸਿਕ ਆਪਾਂ ਕਹਿ ਸਕਦੇ ਆ ਕਿ ਆਏ ਤੋਂ ਬਿਨਾ ਵੀ ਹੋ ਜਾਂਦਾ ਪਰ ਉਹ ਦੱਸ ਰਹ ਜਿੰਨੀਆਂ ਗੱਲਾਂ ਆਪਾਂ ਹੁਣ ਤੱਕ ਕੀਤੀਆਂ ਇਹ ਸਾਰੇ ਪੁਨਰਜਨਮ ਦੇ ਕੇਸ ਉਸ ਸ਼੍ਰੇਣੀ ਚ ਆਉਂਦੇ ਆ ਉਹਦੇ ਚ ਇੰਨੀ ਗੱਲ ਹੀ ਹੈ ਵੀ ਉਹ ਪੁਰਾਣਾ ਇਹਨਾਂ ਤੇ ਉਹ ਬਹੁਤ ਵਧੀਆ ਇਹਦੀ ਪੜਤਾਲ ਹੋਣੀ ਸੀ ਬਹੁਤ ਵਧੀਆ ਪਰਿਵਾਰ ਦੀ ਤਸੱਲੀ ਹੋਣੀ ਸੀ ਜੇ ਕਿਤੇ ਇਹ ਕੇਸ ਉਦੋਂ ਹੀ ਆ ਜਾਂਦਾ ਹੁਣ ਵੀ ਤਰਕਸ਼ੀ ਸੋਸਾਇਟੀ ਆ ਅਗਰ ਪਰਿਵਾਰ ਵਾਲੇ ਸਹਿਯੋਗ ਦੇਣਗੇ ਤੇ ਉਹਦੀ ਪੜਤਾਲ ਕਰਨ ਨੂੰ ਤਿਆਰ ਆ ਥੋੜੀ ਗੱਲਬਾਤ ਵੀ ਚੱਲੀ ਆ ਵੀ ਹੋਰ ਇਸ ਤਰ੍ਹਾਂ ਦੀ ਐ ਸੋ ਜਦੋਂ ਪਰਿਵਾਰ ਵਾਲੇ ਇਸ ਗੱਲ ਦਾ ਆਪਾਂ ਨੂੰ ਕਰਨਗੇ ਤੇ ਪਿੰਡ ਦੇ ਸਰਪੰਚ ਸਾਹਿਬ ਨੂੰ ਜਾਂ ਹੋਰ ਵੀ ਜਿਹੜੀ ਵੀ ਅਥਾਰਟੀ ਲੈ ਕੇ ਆਪਾਂ ਉਹ ਗੱਲਬਾਤ ਆ ਜਿਹੜਾ ਉਹਦਾ ਵਿਸ਼ਲੇਸ਼ਣ ਆ ਉਹ ਆਪਾਂ ਕਰਦੇ ਜਾਵਾਂਗੇ ਜਿੰਨੀ ਕੁ ਗੱਲਬਾਤ ਹੋਈ ਹੈ ਮੈਨੂੰ ਆਪਣੀ ਤਰਖੀ ਸੁਸਾਇਟੀ ਦੇ ਫੈਸਲਾ ਲੈਣ ਤੋਂ ਬਾਅਦ ਬਕਾਇਦਾ ਇਸ ਗੱਲ ਤੇ ਇਹ ਫੈਸਲਾ ਹੋਇਆ ਕਿ ਵੀ ਜੇ ਪਰਿਵਾਰ ਸਹਿਯੋਗ ਕਰਦਾ ਤੇ ਤਰਖੀ ਸੜੀ ਪੜਤਾਲ ਕਰਨ ਨੂੰ ਤਿਆਰ ਹੈ ਤੇ ਇਸ ਮਾਮਲੇ 'ਚ ਬਿਲਕੁਲ ਉਸ ਖਬਰ ਲੱਗਣ ਤੋਂ ਬਾਅਦ ਲੜਕੀ ਦੇ ਪਿਤਾ ਦਾ ਮੈਨੂੰ ਫੋਨ ਆਉਂਦਾ ਉਹਨੇ ਦੱਸਿਆ ਵੀ ਇਸ ਤਰ੍ਹਾਂ ਦੀ ਗੱਲ ਆ ਪਹਿਲਾਂ ਉਹਨੇ ਕਿਹਾ ਵੀ ਇਹ ਤੁਸੀਂ 10000 ਰੁਪਏ ਕਿਉਂ ਲੈ ਰਹੇ ਹੋ ਜਦੋਂ ਮੈਂ ਉਹਨੂੰ ਦੱਸਿਆ ਕਿ ਅਗਰ ਤੁਸੀਂ 5 ਲੱਖ ਜਿੱਤਣਾ ਤੇ ਫੇਰ ਤਾਂ 10000 ਰੁਪਏ ਉਹਦੀ ਪੜਤਾਲ ਦੇ ਖਰਚਿਆਂ ਲਈ ਦੇਣਾ ਹੀ ਪਵੇਗਾ ਤੇ ਅਗਰ ਤੁਸੀਂ ਇਸ ਪੜਤਾਲ ਨੂੰ ਬਿਨਾਂ ਤੁਸੀਂ ਚਾਹੁੰਦੇ ਹੋ ਕਿ ਇਹਦੀ ਨਿਰਪੱਖ ਪੜਤਾਲ ਹੋ ਕੇ ਸਾਰਿਆਂ ਨੂੰ ਚਾਨਣ ਹੋ ਜੇ ਵੀ ਕੀ ਗੱਲ ਆ ਕਿਵੇਂ ਗੱਲ ਆ ਫੇਰ ਇਹ ਆ ਵੀ ਫੇਰ ਅਸੀਂ ਆਪਦੇ ਖਰਚੇ ਤੇ ਕਰਾਂਗੇ ਸੋ ਉਹਨੇ ਇੱਕ ਵਾਰੀ ਤਾਂ ਇਹੀ ਹੰਧਾਰਾ ਭਰਿਆ ਇਹ ਵੀ ਕੋਈ ਗੱਲ ਨਹੀਂ ਹੈ ਆਪਾਂ ਟਾਈਮ ਰੱਖ ਲਾਂਗੇ ਤੇ ਤੁਸੀਂ ਅਸੀਂ ਕੋਈ 5 ਲੱਖ ਨਹੀਂ ਜਿੰਨਾ ਤੇ ਤੁਸੀਂ ਆਪਦੇ ਖਰਚੇ ਤੇ ਹੀ ਤੁਸੀਂ ਇਹ ਬੱਚੇ ਇਹਦੇ ਪੁਨਰ ਜਨਮ ਦੀ ਸਾਰੀ ਪੜਤਾਲ ਕਰੋ ਤੇ ਮੂਹਰਲੇ 2-4 ਦਿਨਾਂ ਚ ਵੀ ਅਜੇ ਕੁਝ ਦਿਨਾਂ ਚ ਬਹੁਤ ਰੁਝੇਵੇਂ ਨੇ ਰੁਝੇਵੇਂ ਮਤਲਬ ਆਪਾਂ ਕਹੋ ਜਿਆਦਾ ਨੇ ਜਿਹਦੇ ਕਰਕੇ ਉਹਦੀ ਹੋਣੀ ਪੜਤਾਲ ਤਿੰਨ ਚਾਰ ਦਿਨ ਨਹੀਂ ਹੋ ਸਕਣੀ ਉਸ ਤੋਂ ਬਾਅਦ ਬਕਾਇਦਾ ਉਹਨਾਂ ਨਾਲ ਟਾਈਮ ਰੱਖ ਕੇ ਆਪਾਂ ਉਹ ਸਾਰੀ ਗੱਲਬਾਤ ਨੂੰ ਪੂਰਨ ਰੂਪ ਚ ਆਪਾਂ ਜਿੰਨੀ ਵੀ ਆਪਾਂ ਸਮਝਦੇ ਹਾਂ ਜਿੰਨੀ ਕਿ ਪੁਨਰ ਜਨਮ ਦੇ ਕੇਸਾਂ ਦੀ ਆਪਾਂ ਗੱਲ ਕੀਤੀ ਹੈ ਜੀ ਉਹ ਉਸੇ ਲਾਈਟ ਚ ਉਹਦੀ ਵੀ ਜਿਹੜੀ ਗੱਲਬਾਤ ਹੈ ਪ੍ਰਚਾਰ ਹੈ ਜਾਂ ਪੜਤਾਲ ਹੈ ਸੁਸਾਇਟੀ ਦਾ ਮਕਸਦ ਕੋਈ ਇਹ ਨਹੀਂ ਹੁੰਦਾ ਕਿ ਕਿਸੇ ਦੀ ਬਦਨਾਮੀ ਕਰਨੀ ਸੁਸਾਇਟੀ ਦਾ ਮਤਲਬ ਹੈ ਸਮਾਜ ਚ ਚੇਤਨਾ ਲਿਆਉਣੀ ਹੈ ਉਸ ਚੇਤਨਾ ਸਚਾਈ ਦੇ ਨਾਲ ਹੀ ਆਉਣੀ ਹੈ ਕਿ ਸਮਾਜ ਨੂੰ ਜਦੋਂ ਕਿਸੇ ਗੱਲ ਦੀ ਸਚਾਈ ਪਤਾ ਲੱਗੂਗੀ ਉਹ ਚੇਤਨ ਹੋ ਜਾਂਦਾ ਉਹ ਜਦੋਂ ਚੇਤਨ ਹੋ ਜਾਂਦਾ ਕੁਝ ਗੱਲਾਂ ਪ੍ਰਤੀ ਤਾਂ ਉਹਨਾਂ ਨੂੰ ਉਹ ਆਪਣੇ ਆਪ ਹੀ ਛੱਡ ਦਿੰਦਾ ਤੇ ਰਜਿੰਦਰ ਜੀ ਕਹਾਣੀਆਂ ਇਦਾਂ ਦੀਆਂ ਚੱਲਦੀਆਂ ਨੇ ਅਫਵਾਹਾਂ ਬਹੁਤ ਸਾਰੀਆਂ ਫੈਲਦੀਆਂ ਨੇ ਤੇ ਅਲੱਗ-ਅਲੱਗ ਸਟੋਰੀਆਂ ਤੇ ਲੋਕਾਂ ਦੇ ਵਿੱਚ ਕਿਉਂਕਿ ਦਿਮਾਗਾਂ ਦੇ ਵਿੱਚ ਇਹ ਚੀਜ਼ਾਂ ਪਹਿਲੀਆਂ ਪਹਿਲਾਂ ਪਈਆਂ ਨੇ ਉਹ ਹੋਰ ਭਾਰੂ ਹੋ ਜਾਂਦੀਆਂ ਨੇ ਤੇ ਇਹਦੇ ਵਿੱਚ ਮੀਡੀਆ ਜਿਹੜਾ ਖਾਸ ਕਰਕੇ ਸੋਸ਼ਲ ਮੀਡੀਆ ਜੀ ਉਹਦਾ ਵੀ ਕਾਫੀ ਵੱਡਾ ਰੋਲ ਬੰਦਾ ਤੇ ਮੈਨੂੰ ਲੱਗਦਾ ਵੀ ਅੱਜ ਦੇ ਮੀਡੀਆ ਜਿਹੜਾ ਅਸੀਂ ਸੋਸ਼ਲ ਮੀਡੀਆ ਕਹਿ ਸਕਦੇ ਆ ਤੇ ਉਹਦੇ ਵਿੱਚੋਂ ਕਾਫੀ ਸਾਰੀ ਗੈਰ ਜਿਹੜੀ ਗੰਭੀਰਤਾ ਹੈਗੀ ਆ ਉਹ ਚਲਕਦੀ ਆ ਇਹ ਕਹਾਣੀਆਂ ਜਿਹੜੀਆਂ ਫੈਲ ਰਹੀਆਂ ਨੇ ਇਹਨਾਂ ਨੂੰ ਫੈਲਾਉਣ ਦੇ ਵਿੱਚ ਮੇਰੇ ਖਿਆਲ ਉਹਨਾਂ ਦਾ ਕਾਫੀ ਵੱਡਾ ਰੋਲ ਆ ਕੀ ਸੁਨੇਹਾ ਤੁਹਾਡਾ ਉਹਨਾਂ ਲਈ ਜਿਵੇਂ ਨਾ ਮੈਂ ਪਹਿਲਾਂ ਹੀ ਕਿਹਾ ਮੀਡੀਆ ਵਾਲੀ ਗੱਲ ਜੇ ਆਪਾਂ ਕਰੀਏ ਕਿ ਅੱਜ ਕੱਲ ਇਹ ਹੈ ਕਿ ਟੀਆਰਪੀ ਕਿਸ ਗੱਲ ਨਾਲ ਵਿਊਜ਼ ਕਿਸ ਗੱਲ ਨਾਲ ਵੱਧ ਮਿਲਦਾ ਮੈਂ ਇੱਕ ਗੱਲ ਹੀ ਕਹਿਣਾ ਹੁਣਾ ਵੀ ਅੱਜ ਪੰਜਾਬ ਚ ਖਾਸ ਕਰਕੇ ਵੈਸੇ ਤਾਂ ਬਾਕੀ ਸਟੇਟਾਂ ਵੀ ਸੋਸਾਇਟੀ ਦੀਆਂ ਸੋਸਾਇਟੀਆਂ ਬਣੀਆਂ ਹੋਈਆਂ ਨੇ ਬੱਕ ਬੱਕ ਦੇਸ਼ਾਂ ਚ ਵੀ ਸੋਸਾਇਟੀਆਂ ਬਣੀਆਂ ਹੋਈਆਂ ਨੇਗੀਆਂ ਵੀ ਜਦੋਂ ਸਤਰਕਸ਼ੀਲ ਸੋਸਾਇਟੀ ਨੋਨ ਆ ਤੇ ਉਹ ਇਸ ਗੱਲ ਦਾ ਦਾਵਾ ਕਰਦੀ ਹੈ ਵੀ ਜਿਹੜਾ ਕੁਝ ਨਹੀਂ ਹੈ ਸੋ ਮੇਰੀ ਮੀਡੀਆ ਨੂੰ ਬੇਨਤੀ ਇਹ ਆ ਕਿ ਉਹ ਟੀਆਰਪੀ ਦੇ ਚੱਕਰ ਦੀ ਵਜਾਏ ਇਹ ਜਿਵੇਂ ਕਿ ਐਂ ਜੇ ਕਹਿਣਾ ਹੋਵੇ ਵੀ ਕੋਈ ਧਰਾਂ ਨੂੰ ਇੱਕ ਦੂਜੀ ਦੇ ਪੈਰਲਲ ਖੜੀਆਂ ਕਰਨ ਦੀ ਬਜਾਏ ਉਹ ਇਹ ਕੰਮ ਪਹਿਲਾਂ ਵੀ ਕਰ ਸਕਦੇ ਆ ਵੀ ਜੀ ਆ ਗੱਲ ਹੋਈ ਹੈ ਇਹ ਗੱਲ ਸਾਨੂੰ ਆ ਕੁਝ ਗੱਲਾਂ ਆਈਆਂ ਨੇ ਤਰਕਸ਼ੀਲ ਸੁਸਾਇਟੀ ਦੀ ਖੋਜ ਪੜਤਾਲ ਹੁਣ ਤੱਕ ਦੀ ਇਹਦੇ ਬਾਰੇ ਕੀ ਕਹਿੰਦੀ ਹੈ ਜੀ ਹੁਣ ਮਸਲਨ ਇਹਦੇ ਚ ਵੀ ਕੀ ਹੋਇਆ ਮੰਨ ਲਓ 5 ਗਰਾਈਆਂ ਵਾਲਾ ਕੇਸ 10-11 ਸਾਲ ਪਹਿਲਾਂ ਇਹ ਹੋਇਆ ਵਾਪਰਿਆ ਬੀਤਿਆ ਠੰਡੇ ਵਾਸਤੇ ਚ ਪੈ ਗਈ ਗੱਲ ਐਂ ਜੋਗੇ ਵਾਲਾ ਕੇਸ ਆ ਉਹ ਬੱਚੇ ਦੀ ਉਮਰ 10 ਸਾਲ ਆ ਉਹ ਵੀ 5 6 ਸਾਲ ਪਹਿਲਾਂ ਉਹ ਕੇਸ ਹੋਇਆ ਠੰਡੇ ਵਾਸਤੇ ਚ ਪੈ ਗਿਆ ਪਰ ਹੁਣ ਕੀ ਕਰਦੇ ਆ ਪੱਤਰਕਾਰ ਪਤਾ ਲੱਗਿਆ ਵੀ ਫਲਾਣਾ ਪਿੰਡ ਦਾ ਫਲਾਣਾ ਕੋਈ ਬੱਚਾ ਪਿਛਲਾ ਜਨਮ ਦੱਸਦਾ ਚੱਲ ਪੈਂਦੇ ਆ ਹਾਂਜੀ ਉਹ ਪਹਿਲਾਂ ਦੱਸਦਾ ਸੀ ਕਿਵੇਂ ਹੋਇਆ ਸੀ ਕਿਵੇਂ ਹੋਇਆ ਸੀ ਉਹ ਸਾਰੀਆਂ ਗੱਲਾਂ ਨੂੰ ਮਤਲਬ ਮੋੜ ਸਰਜੀਤ ਜਿਹੜਾ ਕਰ ਲਿਆ ਜਾਂਦਾ ਅੱਛਾ ਜਦੋਂ ਇੱਕ ਨੇ ਕਰ ਲਈ ਉਹ ਪਤਾ ਲੱਗ ਜਾਂਦਾ ਵੀ ਵਿਊ ਬੜੇ ਮਿਲ ਰਹੇ ਆ ਤਾਂ ਫਿਰ ਦੂਜੇ ਨੂੰ ਐ ਲੱਗਦਾ ਵੀ ਫਿਰ ਮੈਂ ਹੋਰ ਕਰਾਂ ਤੁਸੀਂ ਦੇਖੋਗੇ ਹੁਣ ਤੱਕ ਸੱਤਕ ਵੀਡੀਓ ਤਾਂ ਮੈਂ ਵੇਖ ਲੀਆਂ ਇਸ ਕੇਸ ਦੀਆਂ ਹੋਰ ਵੀ ਹੋਣਗੀਆਂ ਜਿਹੜੀਆਂ ਮੈਨੂੰ ਨਹੀਂ ਦੇਖਣ ਨੂੰ ਮਿਲੀਆਂ ਉਹਨਾਂ ਸੱਤਾਂ ਵੀਡੀਓ ਦੇ ਵਿੱਚ ਇੱਕ ਵੀ ਸਵਾਲ ਨਵਾਂ ਨਹੀਂ ਇੱਕ ਵੀ ਜਵਾਬ ਨਵਾਂ ਨਹੀਂ ਸੋ ਮੈਂ ਤਾਂ ਕਹਿਣਾ ਇਹ ਚਾਹੂੰਗਾ মিডিਏ ਲਈ ਇਹ ਕਿ ਵਈ ਤੁਸੀਂ ਕਰੋ ਇਹ ਕੰਮ ਖੋਜ ਪੜਤਾਲ ਦਾ ਕੰਮ ਕਰੋ ਖੋਜੀ ਪੱਤਰਕਾਰੀ ਦਾ ਕੰਮ ਕਰੋ ਤੇ ਨਾਲ ਬਰਾਬਰ ਪੰਜਾਬ ਦੇ ਅੰਦਰ ਤਰਖੀ ਸਿਟੀ ਦੇ 80 ਯੂਨਿਟ ਹੈ ਜ਼ਿਲ੍ਹੇ ਤਾਂ 23 ਹੈ ਹਰੇਕ ਤਹਿਸੀਲ 'ਚ ਸਾਡਾ ਜੁੰਡ ਲੱਭ ਜੂਗਾ ਤਾਲਮੇਲ ਕਰੋ ਉੱਥੇ ਕੋਸ਼ਿਸ਼ ਇਹ ਕਰਨ ਮੀਡੀਆ ਵਾਲੇ ਕਿ ਉੱਥੇ ਜਾਣ ਵੇਲੇ ਪੁੱਛ ਗਿਛ ਕਰਨ ਵੇਲੇ ਉਦੋਂ ਹੀ ਜੇ ਤਰਕਸ਼ੀਲ ਸੁਸਾਇਟੀ ਦਾ ਨੁਮਾਇੰਦਾ ਲੈ ਜਾਣ ਤਾਂ ਬਹੁਤ ਚੰਗਾ ਹੋਊਗਾ ਇੱਕ ਗੱਲ ਜਿਹੜੀ ਮੈਂ ਇਹ ਕਹਿਣੀ ਚਾਹੁੰਦਾ ਸੀ ਸੋ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਕਿ ਅਗਰ ਕਿਸੇ ਪਰਿਵਾਰ ਦਾ ਬੱਚਾ ਅਜਿਹੀਆਂ ਗੱਲਾਂ ਕਰਦਾ ਵੀ ਉਹ ਹੋਰ ਕੁਝ ਵੀ ਕਰਨ ਤੋਂ ਪਹਿਲਾਂ ਤਰਕਸ਼ੀਲ ਸੁਸਾਇਟੀ ਨਾਲ ਸੰਪਰਕ ਕਰੇ ਆਪਾਂ ਉਸ ਬੱਚੇ ਦੀ ਵੀ ਹੈਲਪ ਕਰਾਂਗੇ ਪਰਿਵਾਰ ਦੀ ਵੀ ਹੈਲਪ ਕਰਾਂਗੇ ਆਪਾਂ ਉਸ ਮਾਨਸਿਕ ਅਵਸਥਾ 'ਚ ਉਹ ਬੱਚੇ ਨੂੰ ਕੱਢਾਂਗੇ ਕਿਉਂਕਿ ਤਰਕਸ਼ੀਲ ਸੁਸਾਇਟੀ ਹੈਲਦੀ ਸਮਾਜ ਤੰਦਰੁਸਤ ਸਮਾਜ ਚਾਹੁੰਦੀ ਹੈ ਜਿੱਦਾਂ ਤੁਸੀਂ মিডিਆ ਲਈ ਕਿਹਾ ਹੈਗਾ ਕਿ মিডিਆ ਉਹਦੇ ਵਿੱਚ ਸਾਡਾ ਸਹਿਯੋਗ ਲੈ ਸਕਦਾ ਉਸ ਦੇ ਨਾਲ-ਨਾਲ ਮੇਰਾ ਮੇਰੇ ਖਾਲ ਦੇ ਵਿੱਚ মিডিਆ ਨੂੰ ਇਹ ਵੀ ਕਹਿਣਾ ਬੰਦਾ ਕਿ ਕੋਈ ਵੀ ਖਬਰ ਜਿਹੜੀ ਕੰਪਲੀਟ ਉਦੋਂ ਬਣਦੀ ਆ ਜਦੋਂ ਉਹਦੇ ਦੋੇ ਪੱਖ ਦਿਖਾਏ ਜਾਂਦੇ ਆ ਕਿਉਂਕਿ ਅਦਰਵਾਈਜ਼ ਤਾਂ ਉਹ ਇੱਕ ਚੀਜ਼ ਦਾ ਪ੍ਰਚਾਰ ਬਣ ਜਾਂਦਾ ਤੁਸੀਂ ਪੱਤਰਕਾਰ ਹੋ ਇੱਕ ਤਰ ਤੁਸੀਂ ਦਿਖਾਤੀ ਦੂਜੀ ਤਰ ਤੁਸੀਂ ਦਿਖਾਈ ਨਹੀਂ ਤੁਹਾਨੂੰ ਉਹਦੇ ਤੋਂ ਸਿੱਧਾ ਨਜ਼ਰ ਆਏਗਾ ਵੀ ਇਹ ਪਰਤਾਲ ਹੀ ਨਹੀਂ ਕਰ ਰਿਹਾ ਜੀ ਇਸ ਕਰਕੇ ਜੇ ਪੂਰੀ ਖਬਰ ਬਣਾਉਣੀ ਹੈ ਤਾਂ ਪੂਰੀ ਦਿਖਾਈ ਜਾਣੀ ਚਾਹੀਦੀ ਆ ਕਿਉਂਕਿ ਬਾਕੀ ਜਿਹੜਾ ਨਿਰਣਾ ਹੈਗਾ ਉਹ ਤਾਂ ਆਮ ਲੋਕਾਂ ਨੇ ਲੈਣਾ ਬਿਲਕੁਲ ਬਿਲਕੁਲ ਦੇਖੋ ਨਿਰਨੇ ਕਰਨ ਦੇ ਦੋ ਹੀ ਤਰੀਕੇ ਹੁੰਦੇ ਆ ਵਿਗਿਆਨ ਤਾਂ ਇਹ ਕਹਿੰਦਾ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਜਦੋਂ ਪਰਖੋ ਉਹਨੂੰ ਧਰਤੀ ਤੇ ਪਰਖ ਲਓ ਉਹਨੂੰ ਆਕਾਸ਼ 'ਚ ਪਰਖ ਲਓ ਉਹਨੂੰ ਪਾਣੀ 'ਚ ਪਰਖ ਲਓ ਉਹਨੂੰ ਜਿੱਥੇ ਮਰਜ਼ੀ ਪਰਖ ਲਓ ਉਹਨੂੰ ਪੰਜਾਬ 'ਚ ਪਰਖ ਲਓ ਉਹਨੂੰ ਗੁਜਰਾਤ 'ਚ ਪਰਖ ਲਓ ਉਹਨੂੰ ਕੈਨੇਡਾ 'ਚ ਪਰਖ ਲਓ ਉਹਨੂੰ ਉਹਦਾ ਇੱਕੋ ਹੀ ਰਿਜ਼ਲਟ ਆਉਣਾ ਚਾਹੀਦਾ ਹੈ ਵਿਗਿਆਨ ਇਹ ਕਹਿੰਦਾ ਵਿਗਿਆਨਕ ਸਚਾਈ ਇਹ ਹੈ ਕਿ ਕੋਈ ਗੱਲ ਉਦੋਂ ਹੀ ਸਹੀ ਸਿੱਧ ਹੋ ਸਕਦੀ ਆ ਕੋਈ ਗੱਲ ਉਹੋ ਹੀ ਸੱਚੀ ਹੋ ਸਕਦੀ ਆ ਜਿਹੜੀ ਵਾਰ-ਵਾਰ ਪਰਖ ਕਰਨ ਤੇ ਉਹਦਾ ਉੱਤਰ ਇੱਕ ਮਿਲੇ ਤੇ ਜੇ ਆਪਾਂ ਇਸ ਰਾਹ ਪੈ ਜਾਈਏ ਸੋ ਮੈਨੂੰ ਇਹ ਲੱਗਦਾ ਕਿ মিডিਆ ਵੀ ਤਰਕਸ਼ੀਲ ਸੁਸਾਇਟੀ ਵੀ ਆਪਾਂ ਸਾਰੇ ਰਲ ਮਿਲ ਕੇ ਇਸ ਸਮਾਜ ਨੂੰ ਉਸ ਜਿਹੜੀ ਆਪਾਂ ਕਹਿੰਦੇ ਗੇਬੀ ਸ਼ਕਤੀਆਂ ਦੀਆਂ ਸਾਡੇ ਮਨਾਂ 'ਚ ਕਨਸੈਪਟ ਪਿਆ ਕਿਉਂਕਿ ਉਹ ਕਨਸੈਪਟ ਨਾ ਸਾਡੇ ਸਮਾਜ ਨੂੰ ਬਹੁਤ ਪਿੱਛੇ ਲੈ ਜਾ ਰਿਹਾ ਹੈ ਜਿੱਥੇ ਐਜੂਕੇਸ਼ਨ ਦੀ ਲੋੜ ਆ ਉਹਦਾ ਜਿੱਥੇ ਸਾਡੇ ਸਮਾਜ ਦੀਆਂ ਸਮੱਸਿਆਵਾਂ ਤੇ ਲੋਕੀ ਇਹ ਸਮਝ ਹੀ ਜਾਂਦੇ ਆ ਵੀ ਸਾਡੇ ਹੀ ਕਰਮ ਮਾੜੇ ਆ ਸਾਡੀ ਕਿਸਮਤ ਮਾੜੀ ਆ ਜਦੋਂ ਕਿ ਸਾਡਾ ਸਮਾਜ ਦਾ ਹਰ ਮਨੁੱਖ ਚੰਗਾ ਕੰਮ ਕਰਨਾ ਚਾਹੁੰਦਾ ਚੰਗੇ ਕੰਮ ਕਰ ਰਿਹਾ ਹੈ ਉਹ ਤਾਂ ਕਰ ਰਿਹਾ ਜੇ ਉਹਨੂੰ ਸਹੀ ਰੁਜ਼ਗਾਰ ਨਹੀਂ ਮਿਲਦਾ ਸਹੀ ਪੜ੍ਹਾਈ ਨਹੀਂ ਮਿਲਦੀ ਸਹੀ ਇਲਾਜ ਨਹੀਂ ਮਿਲਦਾ ਫਿਰ ਉਹਦੇ ਕਰਮਾਂ ਚ ਨੁਕਸ ਨਹੀਂ ਹੈ ਫਿਰ ਨੁਕਸ ਸਮਾਜਿਕ ਪ੍ਰਬੰਧ ਚ ਹੈ ਇਸ ਭਾਰਤ ਨੂੰ ਇਸ ਪੰਜਾਬ ਨੂੰ ਚਲਾਉਣ ਵਾਲੇ ਪ੍ਰਬੰਧ ਚ ਨੁਕਸ ਹੈ ਸਥਾਪਤੀ ਇਹ ਚਾਹੁੰਦੀ ਹੈ ਸਰਕਾਰਾਂ ਇਹ ਚਾਹੁੰਦੀਆਂ ਪ੍ਰਬੰਧ ਚਲਾਉਣ ਵਾਲੇ ਚਾਹੁੰਦੇ ਆ ਕਿ ਲੋਕ ਸਮਾਜ ਇਨ੍ਹਾਂ ਗੱਲਾਂ ਚ ਤਸੇ ਗਰਸੇ ਰਹਿਣ ਤੇ ਉਹਨਾਂ ਦੀ ਜੋ ਮਨ ਆਈਆਂ ਕਹੂੰਗਾ ਮੈਂ ਤਾਂ ਵੀ ਉਹਨਾਂ ਦੀਆਂ ਮਨ ਆਈਆਂ ਚੱਲਦੀਆਂ ਰਹਿਣ ਵੀ ਲੋਕ ਸਵਾਲ ਨਾ ਕਰਨ ਵੀ ਆਹ ਚੀਜ਼ ਦਾ ਸੁਧਾਰ ਤਾਂ ਪ੍ਰਸ਼ਾਸਨ ਨੇ ਕਰਨਾ ਹੈ ਇਹ ਸਰਕਾਰ ਨੇ ਕਰਨਾ ਆਹ ਨੀਤੀਆਂ ਸਰਕਾਰ ਦੀਆਂ ਮਾੜੀਆਂ ਆ ਚੰਗੀਆਂ ਆਹ ਮਾੜੀਆਂ ਨੀਤੀਆਂ ਕਰਕੇ ਸਮਾਜ ਆ ਜਿਹੜਾ ਉਹ ਮੁਸ਼ਕਲਾਂ 'ਚੋਂ ਲੰਘ ਰਿਹਾ ਦੁੱਖਾਂ 'ਚੋਂ ਲੰਘ ਰਿਹਾ ਗਰੀਬੀ 'ਚੋਂ ਲੰਘ ਰਿਹਾ ਬਿਮਾਰੀ 'ਚੋਂ ਲੰਘ ਰਿਹਾ ਜਾਣੀ ਸਮਾਜ ਇਹ ਸੋਚਣ ਲੱਗੇ ਆਪਾਂ ਤੇ ਮੀਡੀਆ ਵਾਲੇ ਰਲ ਕੇ ਜਦੋਂ ਇਸ ਗੱਲ ਤੇ ਆਵਾਂਗੇ ਕਿ ਸਾਡੀਆਂ ਮੁਸੀਬਤਾਂ ਦਾ ਜ਼ਿੰਮੇਵਾਰ ਇਹ ਸਿਸਟਮ ਹੈ ਉਹ ਠੀਕ ਕਰੇ ਸੋ ਇਹ ਆਪਾਂ ਗੱਲ ਚਾਹਾਂਗੇ ਕਿ ਸਾਡੇ ਸਮਾਜ ਨੂੰ ਇਹ ਗੱਲ ਸਮਝ ਆ ਜੇ ਫਿਰ ਮੈਨੂੰ ਨਹੀਂ ਲੱਗਦਾ ਕਿ ਘਰ ਦੇ ਵਿੱਚ ਕੋਈ ਵੀ ਗੱਲ ਵਾਪਰਦੀ ਆ ਤਰਕਸ਼ੀਲ ਸੋਸਾਇਟੀ ਦਾ ਤਾਂ ਇਸ ਗੱਲ ਤੇ ਪੂਰਾ ਆਲਟਰਨੇਟਿਵ ਹੈ ਕਿ ਕਿਸੇ ਘਰੇ ਕਿਸੇ 'ਚ ਪੌਣ ਆਉਂਦੀ ਆ ਕੋਈ ਸਿਰ ਘੁੱਕਦਾ ਦੰਦਲਾ ਦੌਰੇ ਪੈਂਦੇ ਆ ਖੂਨ ਦੇ ਛਿੱਟੇ ਆਉਂਦੇ ਆ ਅੱਗ ਲੱਗਦੀ ਆ ਇੱਟਾਂ ਬਟ ਕੁਝ ਵੀ ਹੁੰਦਾ ਜਿਹਨੂੰ ਸਾਡਾ ਸਮਾਜ ਭੂਤਾਂ ਪ੍ਰੇਤਾਂ ਨਾਲ ਜੋੜ ਦਿੰਦਾ ਤਰਕਸ਼ੀਲ ਸੋਸਾਇਟੀ ਤਾਂ ਵਿਗਿਆਨਕ ਚੇਤਨਾ ਰਾਹੀਂ ਇਹਨਾਂ ਗੱਲਾਂ ਦਾ 100% ਇਲਾਜ ਕਰਦੀ ਆ ਤੇ ਸਾਡੇ ਸਮਾਜ ਨੂੰ ਮੈਂ ਤਾਂ ਇਹ ਕਹੂੰਗਾ ਵੀ ਇਹਦੇ ਤਰਕਸ਼ੀਲ ਸੁਸਾਇਟੀ ਦੇ ਬਰਾਬਰ ਐ ਖੜਨ ਜਾਂ ਖੜਾਉਣ ਦੀ ਥਾਂ মিডিਆ ਸੁਸਾਇਟੀ ਨਾਲ ਰਲ ਕੇ ਚੱਲੂ ਤੇ ਆਪਾਂ ਇੱਕ ਦਿਨ ਜ਼ਰੂਰ ਇੱਕ ਇਹ ਜੀ ਮੰਜ਼ਲ ਤੇ ਪਹੁੰਚਾਂਗੇ ਜਿੱਥੇ ਹੈਲਦੀ ਸਮਾਜ ਦੀ ਸਾਰੀ ਹਾਂ ਦੋਸਤੋ ਜਿਵੇਂ ਤੁਸੀਂ ਦੇਖਿਆ ਕਿ ਪੁਨਰ ਜਨਮ ਦੀਆਂ ਘਟਨਾਵਾਂ ਹੋਰ ਬੜੀਆਂ ਸਾਰੀਆਂ ਘਟਨਾਵਾਂ ਤੇ ਪੈਰਲਲ ਤਰਕਸ਼ੀਲ ਸੁਸਾਇਟੀ ਦੀ ਸਮਝ ਇਹਦੀ ਪੜਤਾਲ ਇਹਨਾਂ ਨੇ ਦੇਖਿਆ ਕਿ ਪੁਨਰ ਜਨਮ ਜਿਹੜਾ ਹੈਗਾ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਸਾਡੇ ਦਿਮਾਗਾਂ ਦੇ ਵਿੱਚ ਪੁਰਾਣੀਆਂ ਪਈਆਂ ਹੋਈਆਂ ਰਸਮਾਂ ਕੂੜ ਪ੍ਰਚਾਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੜਾ ਹੋ ਜਾਂਦਾ ਤਰਕਸ਼ੀਲ ਸੁਸਾਇਟੀ ਦੀ ਕਿਤਾਬ ਹੈ ਅਗਲਾ ਪਿਛਲਾ ਜਨਮ ਇਹਦੇ ਵਿੱਚ ਉਹ ਕਹਾਣੀਆਂ ਸੱਚੀਆਂ ਕਹਾਣੀਆਂ ਉਹਨਾਂ ਦੀ ਪੜਤਾਲ ਰਿਪੋਰਟ ਇਹਦੇ ਵਿੱਚ ਛਪੀ ਹੋਈ ਆ ਤੁਸੀਂ ਵੀ ਪੜਤਾਲ ਕਰਨ ਦੇ ਲਈ ਇਹ ਕਿਤਾਬ ਦੀਆਂ ਜਿਹੜੀਆਂ ਇਹਦੇ ਵਿੱਚ ਕੇਸ ਹੈਗੇ ਨੇ ਇਹਨਾਂ ਨੂੰ ਪੜ੍ਹ ਸਕਦੇ ਹੋ ਤੇ ਅਸੀਂ ਗੱਲਬਾਤ ਕੀਤੀ ਇਹਦੇ ਵਿੱਚੋਂ ਵੀ ਤੁਹਾਨੂੰ ਕੁਝ ਨਾ ਕੁਝ ਜਾਣਕਾਰੀ ਮਿਲੇਗੀ ਤੇ ਅਗਲੀ ਖੋਜ ਦੇ ਲਈ ਇਹ ਜਿਹੜੀ ਕਿਤਾਬ ਹੈਗੀ ਆ ਤੁਹਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਆ ਤੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਮੈਸੇਜ ਦਿੰਦੇ ਦਿੰਦੇ ਹਾਂ ਮੀਡੀਆ ਨੂੰ ਮੈਸੇਜ ਦਿੰਦੇ ਹਾਂ ਲੋਕਾਂ ਨੂੰ ਮੈਸੇਜ ਦਿੰਦੇ ਹਾਂ ਕਿ ਵਿਗਿਆਨਕ ਸੋਚ ਅਪਣਾਓ ਤਾਂ ਕਿ ਅਜਿਹੇ ਜਿਹੜੇ ਮਸਲੇ ਹੈਗੇ ਨੇ ਜਿਹੜੀਆਂ ਅਜਿਹੀਆਂ ਕੂੜ ਪ੍ਰਚਾਰ ਦਾ ਸੀ ਸ਼ਿਕਾਰ ਹੁੰਨੇ ਆ ਸਾਡੀ ਲੁੱਟ ਹੋ ਰਹੀ ਆ ਇਸ ਤੋਂ ਅਸੀਂ ਬਚ ਸਕੀਏ ਤਰਕਸ਼ੀਲ ਟੀਵੀ ਦੇ ਰਾਹੀਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੇਖਦੇ ਰਹੋ ਤਰਕਸ਼ੀਲ ਟੀਵੀ